ਅਤੇ ਮੇਰੇ ਖਿਆਲ 1988 ਦੇ ਵਿੱਚ ਕੇ ਪੀ ਐੱਸ ਗਿੱਲ ਦੇ ਨਾਲ ਵੀ ਇੱਕ ਬਹੁਤ ਵੱਡਾ ਵਿਵਾਦ ਜੁੜਿਆ ਸੀ ਕਿ ਇੱਕ ਪਬਲਿਕ ਪਾਰਟੀ ਦੇ ਵਿੱਚ ਇੱਕ ਆਈ ਐੱਸ ਔਫਿਸਰ ਦੇ ਨਾਲ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ। ਬਾਅਦ 'ਚ ਪਤਾ ਲੱਗਿਆ ਵੀ ਉਹ ਅਕਸਰ ਇਹੋ ਜਿਹੀ ਹਰਕਤਾਂ ਕਰਦਾ ਰਹਿੰਦਾ ਸੀਗਾ, ਪਰ ਔਰਤਾਂ ਡਰਦੀਆਂ, ਕੋਈ ਉਹਦੀ ਸ਼ਿਕਾਇਤ ਨਹੀਂ ਸੀ ਕਰਦੀ ਕੇ ਪੀ ਐੱਸ ਗਿੱਲ। ਹਾਂ, ਉਹਨਾਂ ਨੇ ਡਿਪਾਰਟਮੈਂਟਲ ਕੰਪਲੇਂਟ ਵੀ ਕੀਤੀ। ਫਿਰ ਜਦੋਂ ਡਿਪਾਰਟਮੈਂਟ 'ਚੋਂ ਕੰਪਲੇਂਟ ਹੋਈ ਤਾਂ ਫਿਰ ਬਾਅਦ 'ਚ ਇਹਨਾਂ ਨੂੰ ਬੁਲਾਇਆ ਇਹਨਾਂ ਨੇ, ਅਤੇ ਕਹਿੰਦੇ ਨੇ ਕਿ ਤੁਸੀਂ ਬੰਦ ਕਮਰੇ ਦੇ ਵਿੱਚ ਮਤਲਬ ਮਾਫ਼ੀ ਮੰਗਵਾ ਦਿੰਦੇ ਹਾਂ। ਰੂਪਨ ਦੀ ਸ਼ਿਕਾਇਤ ਮੁਤਾਬਕ ਧਾਰਾ 354-509 ਨਾਲ ਮੜ ਕੇ ਕੇ ਪੀ ਐੱਸ 'ਤੇ ਫੌਜਦਾਰੀ ਕੇਸ ਬੰਦ ਹੈ ਵੀ ਸਰਕਾਰ ਉਹਦੇ 'ਤੇ ਐਕਸ਼ਨ ਨਹੀਂ ਲਊਗੀ। ਕਿਉਂ ਨਹੀਂ ਲਊਗੀ? ਕਿਉਂਕਿ ਉਹਨਾਂ ਨੇ ਨੂੰ ਮਸਾਂ ਇੱਕ ਸਿੱਖ ਅਫਸਰ ਲੱਭਾ ਜਿਹੜਾ ਪੰਜਾਬ ਦੇ ਸਵੈਮਾਨ ਨੂੰ ਘੱਟੇ ਵਿੱਚ ਰੋਲ ਸਕੇ। ਫਿਰ ਹੇਠਲੀ ਅਦਾਲਤ ਵਿੱਚੋਂ ਇਹਨੂੰ ਸਜ਼ਾ ਹੋਗੀ ਅਤੇ ਨਾਲ ਇਹਨੂੰ 2 ਲੱਖ ਰੁਪਏ ਦਾ ਜੁਰਮਾਨਾ ਹੋ ਗਿਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਸਤਿਕਾਰਯੋਗ ਡਾਕਟਰ ਜੀਵਨਜੋਤ ਕੌਰ ਸਾਡੇ ਨਾਲ ਹੋਣਗੇ ਅਤੇ ਉਹਨਾਂ ਦੇ ਨਾਲ ਉਸ ਹਾਲਾਤਾਂ ਦੀ ਗੱਲਬਾਤ ਕਰਾਂਗੇ ਜਦੋਂ ਬੀਬੀਆਂ ਨੂੰ ਥਾਣੇ ਵਿੱਚ ਰਾਤਾਂ ਰੱਖਿਆ ਜਾਂਦਾ ਸੀ, ਕੁਆਰੀਆਂ ਕੁੜੀਆਂ ਨੂੰ ਰੱਖਿਆ ਜਾਂਦਾ ਸੀ, ਅਤੇ ਕਿਤੇ ਨਾ ਕਿਤੇ ਐਸੇ ਹਾਲਾਤ ਵੀ ਸਨ ਜਿੱਥੇ ਬੀਬੀਆਂ ਦੇ ਬਸਤਰ ਤੱਕ ਵੀ ਉਤਰਵਾ ਦਿੱਤੇ ਜਾਂਦੇ ਸੀ ਪਰਿਵਾਰਾਂ ਦੇ ਸਾਹਮਣੇ, ਜਿਨ੍ਹਾਂ ਦੇ ਸਾਹਮਣੇ ਉਹ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀਆਂ ਹੁੰਦੀਆਂ। ਕਹਿਣ ਤੋਂ ਭਾਵ ਜ਼ਲੀਲ ਕਰਨਾ ਸੀ ਵੀ ਇੱਕ ਦੂਜੇ ਦੀ ਨਜ਼ਰ ਦੇ ਅੰਦਰ ਗਿਰ ਜਾਣ, ਸਵੈਮਾਨ ਇਹਨਾਂ ਦਾ ਖਤਮ ਕਰ ਦਿੱਤਾ ਜਾਵੇ। ਜਦੋਂ ਸਵੈਮਾਨ ਹੀ ਖਤਮ ਹੋ ਗਿਆ, ਉਸ ਤੋਂ ਬਾਅਦ ਉਹ ਬੰਦਾ ਕਦੀ ਵੀ ਮਾਨਸਿਕ ਤੌਰ 'ਤੇ ਉੱਭਰ ਨਹੀਂ ਸਕਦਾ। ਸੋ ਇਹ ਬੜੀ ਵੱਡੀ ਇੱਕ ਮਾਨਸਿਕ ਪੀੜਾ ਸੀ ਜਿਸ ਨੂੰ ਸਮਝਿਆ ਜਾਵੇ ਤਾਂ, ਪਰ ਖੈਰ ਕੁਛ ਲੋਕਾਂ ਨੇ ਸਮਝਿਆ, ਕੁਛ ਲੋਕ ਕਹਿੰਦੇ ਨਾ ਨਾ ਇਹ ਚੀਜ਼ਾਂ ਦਬਾ ਕੇ ਰੱਖਣੀਆਂ ਚਾਹੀਦੀਆਂ, ਅਸੀਂ ਨਹੀਂ ਬੋਲਣਾ ਚਾਹੁੰਦੇ ਸਾਡੇ ਪਰਿਵਾਰਾਂ ਨਾਲ ਕੀ ਹੋਇਆ, ਖਬਰਦਾਰ ਜੇ ਕਿਸੇ ਨੇ ਸਾਡੇ ਪਰਿਵਾਰਾਂ ਬਾਰੇ ਲਿਖਿਆ। ਬਹੁਤ ਕੁਝ ਹੁੰਦਾ ਰਿਹਾ। ਚਲੋ ਖੈਰ, ਉਸ ਮੈਟਰ ਦੇ ਉੱਪਰ ਬੀਬੀ ਜੀ ਪਿੰਡਾਂ ਦੇ ਵਿੱਚ ਗਏ ਜਦੋਂ ਇਹਨਾਂ ਦਾ ਬੱਚਾ ਬਹੁਤ ਛੋਟਾ ਸੀ, ਜਿਵੇਂ ਇਹਨਾਂ ਨੇ ਦੱਸਿਆ ਵੀ ਆਪਣੇ ਬੱਚੇ ਨੂੰ ਘਰ ਦੇ ਵਿੱਚ ਛੱਡ ਕੇ ਮੈਂ ਗਈ ਸਾਂ, ਔਰ ਉਸ ਸਮੇਂ ਵਿੱਚ ਗਈ ਸਾਂ ਜਦੋਂ ਇਹ ਨਹੀਂ ਸੀ ਪਤਾ ਗੋਲੀ ਕਿਹੜੇ ਪਾਸਿਓਂ ਆ ਜਾਣੀ ਹੈ। ਚਲੋ ਖੈਰ, ਇਸ ਸਾਰੇ ਮਾਮਲੇ ਦੇ ਉੱਪਰ ਇਹਨਾਂ ਨੇ ਇੰਨਾ ਕੁਝ ਲਿਖਿਆ, ਪਰ ਆਓ ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਜਿਨ੍ਹਾਂ ਨੂੰ ਪੁਲਿਸ ਨੇ ਤੰਗ ਕੀਤਾ ਉਹਨਾਂ ਬਾਰੇ ਤਾਂ ਇਹਨਾਂ ਨੇ ਲਿਖ ਦਿੱਤਾ, ਇਹਨਾਂ ਨੂੰ ਲਿਖਣ ਤੋਂ ਬਾਅਦ ਵੀ ਪੁਲਿਸ ਨੇ ਤੰਗ ਪਰੇਸ਼ਾਨ ਕੀਤਾ ਕਿ ਨਹੀਂ ਕੀਤਾ, ਆਓ ਜਾਣਕਾਰੀ ਲੈਂਦੇ ਹਾਂ। ਸਭ ਤੋਂ ਪਹਿਲਾਂ ਸਤਿਕਾਰਯੋਗ ਭੈਣ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਸਵਾਗਤ ਕਰਦੇ ਹਾਂ। ਭੈਣ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕੀਤਾ ਜਾਂਦਾ ਜੀ। ਸ਼ੁਕਰੀਆ ਜੀ। ਜਿਵੇਂ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਸੀ ਕਿ ਤੁਸੀਂ ਦੋ ਭੈਣਾਂ ਪਿੰਡਾਂ ਦੇ ਵਿੱਚ ਨਿਕਲੀਆਂ, ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਮਿਲੀਆਂ, ਉਸ ਤੋਂ ਬਾਅਦ ਤੁਸੀਂ ਰਾਤ ਜੇ ਪੈ ਜਾਂਦੀ ਸੀ ਘਰਾਂ ਵਿੱਚ ਠਹਿਰਦੀਆਂ ਸੀ, ਤੁਸੀਂ ਬਿਆਨ ਇਕੱਠੇ ਕੀਤੇ। ਹੁਣ ਜਿਨ੍ਹਾਂ ਨਾਲ ਪੁਲਿਸ ਨੇ ਧੱਕਾ ਕੀਤਾ ਉਹਨਾਂ ਦੇ ਤੁਸੀਂ ਬਿਆਨ ਲੈ ਲਏ, ਅਤੇ ਜਦੋਂ ਤੁਸੀਂ ਬਿਆਨ ਲੈ ਕੇ ਕਿਤਾਬ 'ਚ ਛਾਪੇ ਅਤੇ ਐਕਟ ਕਰਨਾ ਸ਼ੁਰੂ ਕੀਤਾ, ਕੀ ਪੁਲਿਸ ਨੇ ਤੁਹਾਨੂੰ ਵੀ ਪਰੇਸ਼ਾਨ ਕੀਤਾ? ਹਾਂਜੀ, ਮੈਂ CID ਦੀ ਲਿਸਟ 'ਤੇ ਤਾਂ ਉਦੋਂ ਤੋਂ ਹੀ ਸੀਗੀ ਜਦੋਂ ਤੋਂ ਅਸੀਂ ਇਹ ਜਿਹੜੇ ਤੁਹਾਨੂੰ ਮੈਂ ਦੱਸਿਆ ਵੀ 3-4 ਕੇਸ ਸਟੇਟ ਦੇ ਖਿਲਾਫ ਜਮਹੂਰੀਅਤ ਘਰ ਸਭਾ ਵਿੱਚ ਹੋਏ ਸੀ, ਉਦੋਂ ਹੀ ਮੈਂ ਉਹਨਾਂ ਦੀ ਲਿਸਟ 'ਤੇ ਆ ਗਈ ਸੀ ਜੋ DC ਨੇ ਮੇਰੀ ਕੰਪਲੇਂਟ ਭੇਜੀ ਸੀ। ਤਾਂ ਉਹ ਮੇਰੀ ਕਾਰਵਾਈ ਜੀ ਦੇਖਦੇ ਰਹਿੰਦੇ ਸੀ, ਅਤੇ ਜਦੋਂ ਇਹ ਕਿਤੇ ਪਤਾ ਲੱਗਿਆ ਇਹਨਾਂ ਨੂੰ ਤਾਂ ਸਿੱਧੇ ਤੌਰ 'ਤੇ ਤਾਂ ਨਹੀਂ, ਪਰ ਇੱਕ ਦਿਨ ਅਚਾਨਕ ਕੀ ਹੋਇਆ ਕਿ ਸੁਬਹਾ ਸੁਬਹਾ 7 ਵਜੇ ਪੁਲਿਸ ਕੰਧ ਟੱਪ ਕੇ ਮੇਰੇ ਘਰ ਆ ਗਈ। ਤਾਂ ਉਦੋਂ ਮੇਰੇ ਘਰ ਦੇ ਪਿਛਲੇ 2 ਕਮਰੇ 'ਤੇ ਰਸੋਈ ਕੰਪਲੀਟ ਸੀ, ਅਤੇ ਜਿਹੜਾ ਮੂਹਰੇ ਡਰਾਇੰਗ ਰੂਮ ਹੈ ਉਹ ਇਨਕੰਪਲੀਟ ਸੀ, ਉਹਦੇ 'ਚ ਦਰਵਾਜ਼ੇ ਵਗੈਰਾ ਨਹੀਂ ਸੀ ਲੱਗੇ ਹੋਏ। ਤਾਂ ਮੈਂ ਉਹਨਾਂ ਨੇ ਜੋ ਦਰਵਾਜ਼ਾ ਖੜਕਾਇਆ ਅਤੇ ਮੈਂ ਉਹੀ ਆਈ ਬਾਹਰ ਅਤੇ ਦੇਖਿਆ ਪੁਲਿਸ ਖੜ੍ਹੀ ਹੈ, ਅਤੇ ਮੈਂ ਕਿਹਾ ਵੀ ਤੁਸੀਂ ਐਂ ਕਿਵੇਂ ਆ ਗਏ ਅੰਦਰ? ਮੈਂ ਉਹਨਾਂ ਨੂੰ ਕਿਹਾ ਕਿ ਬੈਲ ਖੜਕਾਉਣੀ ਚਾਹੀਦੀ ਸੀ ਤੁਹਾਨੂੰ, ਤਾਂ ਕਹਿੰਦੇ ਜੀ ਅਸੀਂ ਤਲਾਸ਼ੀ ਲੈਣੀ ਹੈ। ਅਤੇ ਮੈਂ ਕਿਹਾ ਵੀ ਤਲਾਸ਼ੀ ਵਾਰੰਟ ਦਿਖਾਓ, ਤਾਂ ਕਹਿੰਦੇ ਜੀ ਵਾਰੰਟ ਤਾਂ ਨਹੀਂ ਲੈ ਕੇ ਆਏ। ਮੈਂ ਕਿਹਾ ਦੇਖੋ ਮੈਂ ਇੱਥੇ ਇਕੱਲੀ ਰਹਿੰਦੀ ਹਾਂ, ਜੇ ਤੁਹਾਡੇ ਕੋਲ ਤਲਾਸ਼ੀ ਵਾਰੰਟ ਨਹੀਂ ਹੈਗੇ ਤਾਂ ਮੈਂ ਤੁਹਾਨੂੰ ਗੈਰ ਕਾਨੂੰਨੀ ਤੌਰ 'ਤੇ ਆਪਣੇ ਅੰਦਰ ਵੜਨ ਦੀ ਇਜਾਜ਼ਤ ਨਹੀਂ ਦੇ ਸਕਦੀ। ਤਾਂ ਮੈਂ ਉਹਨਾਂ ਨੂੰ ਮਨਾ ਕਰਤਾ, ਅਤੇ ਮੈਂ ਕਿਉਂਕਿ ਉੱਠੀ ਸੀ ਸੁਬਹਾ ਹੀ ਅਤੇ ਮੇਰੇ ਗਾਊਂ ਨਹੀਂ ਪਾਇਆ ਹੋਇਆ ਸੀ, ਪਰ ਮੈਂ ਉਸੇ ਹਾਲਤ ਵਿੱਚ ਹੀ ਗਲੀ ਵਿੱਚ ਨਿਕਲ ਗਈ ਅਤੇ ਮੈਂ 2-3 ਆਂਢ ਗੁਆਂਢ ਵਾਲੇ ਲੋਕਾਂ ਨੂੰ ਬੁਲਾ ਲਿਆ ਜੀ। ਉਹਨਾਂ ਨੇ ਵੀ ਕਿਹਾ ਵੀ ਦੇਖੋ ਤੁਸੀਂ ਐਂ ਨਹੀਂ ਕਰ ਸਕਦੇ ਵੀ ਇਕੱਲੇ ਰਹਿੰਦੇ ਇੱਥੇ, ਅਤੇ ਤੁਸੀਂ ਆਪਣਾ ਜਾਂ ਤਾਂ ਵਾਰੰਟ ਲੈ ਕੇ ਆਓ ਅਤੇ ਨਹੀਂ ਤੁਸੀਂ ਜਾਓ ਹੁਣ। ਅਤੇ ਮੈਂ ਕਹਿੰਦੇ ਵੀ ਜੀ ਕੁਛ ਇੱਥੇ ਹੋ ਸਕਦਾ ਹੈ, ਜਾਊ ਹੈ। ਮੈਂ ਕਿਹਾ ਜੋ ਵੀ ਹੋ ਸਕਦਾ ਤੁਸੀਂ ਆਪਦੇ 2 ਬੰਦੇ ਇੱਥੇ ਛੱਡ ਜਾਓ, ਜੇ ਤੁਹਾਨੂੰ ਲੱਗਦਾ ਵੀ ਮੇਰੇ ਘਰ ਕੋਈ ਚੀਜ਼ ਹੈ ਜਿਹੜੀ ਮੈਂ ਲੁਕੋ ਦੂੰਗੀ, ਪਰ ਤੁਸੀਂ ਐਂ ਬਿਨਾਂ ਵਾਰੰਟਾਂ ਤੋਂ ਮੈਂ ਨਹੀਂ ਤੁਹਾਨੂੰ ਅੰਦਰ ਜਾਣ ਦੇਣਾ ਜੀ। ਤਾਂ ਉਹ ਸਾਰੇ ਵਾਪਸ ਚਲੇ ਗਏ। ਤਾਂ ਉਸ ਤੋਂ ਬਾਅਦ ਮੇਰੇ ਦਿਮਾਗ ਵਿੱਚ ਆਇਆ ਵੀ ਇਹ ਕੁਛ ਰੱਖ ਨਾ ਗਏ ਹੁਣ, ਦੁਬਾਰਾ ਆ ਜਾਣ ਤਾਂ ਦੇਖਣ। ਤਾਂ ਮੈਂ ਘਰ ਦਾ ਸਾਰਾ ਜਿਹੜਾ ਖੁੱਲ੍ਹਾ ਹਿੱਸਾ ਸੀ ਉਹ ਸਾਰੇ ਨੂੰ ਚੰਗੀ ਤਰ੍ਹਾਂ ਤਲਾਸ਼ੀ ਲਈ ਉਹਦੀ,
ਵੀ ਕੋਈ ਚੀਜ਼ ਇਹੋ ਜਿਹੀ ਗਲਤ ਰੱਖ ਤਾਂ ਨਹੀਂ ਗਏ ਉੱਥੇ, ਪਰ ਉੱਥੇ ਕੋਈ ਚੀਜ਼ ਨਹੀਂ ਸੀ। ਇਮੀਡੀਏਟਲੀ ਮੈਂ ਉਸ ਦਿਨ ਨਿਕਲੀ ਅਤੇ ਮੈਂ ਜਾ ਕੇ ਸਾਡੇ ਜਿਹੜੇ IMA ਦੇ ਡਾਕਟਰ ਸੀ ਉਹਨਾਂ ਨੂੰ ਦੱਸਿਆ, ਅਤੇ ਸਾਡੇ ਹੋਰ ਮੇਰੇ ਨਾਲ ਜਿਹੜੇ ਸੰਗੀ ਸਾਥੀ ਸੀ, ਮੇਰੀ ਨਾਲ ਔਰਤਾਂ ਸੀ, ਵਕੀਲ ਸੀਗੇ, ਅਸੀਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਪੁਲਿਸ ਆਈ ਹੈ। ਤਾਂ ਉਹ ਸਾਡੇ ਉੱਥੇ ਪੱਤਰਕਾਰ ਸੀਗੇ, ਲਾਇਬ੍ਰੇਰੀਅਨ ਸੀਗੇ ਗੁਰਮੀਤ ਸਿੰਘ ਜੀ, ਉਹ ਮੇਰੇ ਚੰਗੇ ਵਾਕਫਕਾਰ ਵੀ ਸੀਗੇ, ਅਤੇ ਮੈਂ ਉਹਨਾਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਮੈਂ ਦੱਸਿਆ, ਤਾਂ ਉਹਨਾਂ ਨੇ ਅਖਬਾਰ ਦੇ ਵਿੱਚ ਇਹਦਾ ਬਿਆਨ ਲਾ ਦਿੱਤਾ, ਅਤੇ ਸ਼ਹਿਰ ਤੋਂ ਅਸੀਂ ਕੁਛ ਲੋਕ ਮੇਰੇ ਨਾਲ ਇਕੱਠੇ ਹੋ ਕੇ ਗਏ ਅਤੇ DC ਨੂੰ ਮਿਲੇ, ਤਾਂ DC ਨੇ ਭਰੋਸਾ ਦਵਾਇਆ ਵੀ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ ਹੋਊਗਾ, ਵੀ ਤੁਸੀਂ ਬੇਫਿਕਰ ਹੋ ਕੇ ਜਾਓ। ਤਾਂ ਉਹਨਾਂ ਦੀ ਉਹ ਜਿਹੜੀ ਸਕੀਮ ਸੀ ਉਹ ਮੇਰੇ ਸਟੈਂਡ ਲਾਈਨ ਕਰਕੇ ਕਾਮਯਾਬ ਨਹੀਂ ਹੋ ਸਕੀ। ਅੱਛਾ, ਉਹ ਸਕੀਮ ਕੀ ਸੀ ਉਹਨਾਂ ਦੀ? ਉਹਨਾਂ ਦੀ ਸਕੀਮ ਇਹੀ ਸੀ ਵੀ ਤੰਗ ਪਰੇਸ਼ਾਨ ਕਰਕੇ ਡਰਾਓ। ਕਿਉਂਕਿ ਮੇਰਾ ਮੰਨਣਾ ਇਹ ਆ, ਅੱਜ ਵੀ ਕਿਸੇ ਘਰ ਦੇ ਵਿੱਚ ਪੁਲਿਸ ਇੱਕ ਵਾਰੀ ਫੇਰੀ ਪਾ ਜੇ ਨਾ, ਤੇ ਪਰਿਵਾਰ ਕਹਿੰਦੇ ਖਬਰਦਾਰ ਜਿਹਾ ਕੰਮ ਕੀਤਾ ਤੇ ਅੱਗੇ ਪੁਲਿਸ ਦੇ ਗੇੜੇ ਵੱਜਦੇ ਪਏ ਨੇ। ਇਸ ਕਰਕੇ ਅਸੀਂ ਵੀ ਜਿਹੜੀਆਂ ਬੀਬੀਆਂ ਅੱਗੇ ਤੁਰਦੀਆਂ ਨੇ ਉਹਨਾਂ ਦਾ ਮਨੋਬਲ ਤੋੜ ਦਿੱਤਾ ਜਾਵੇ, ਡਰਾਉਣ ਦਾ ਹੀ ਕੰਮ ਹੁੰਦਾ। ਕਿਉਂਕਿ ਜੇ ਉਹ ਉਹਨਾਂ ਦੀ CID ਰਿਪੋਰਟ ਹੈਗੀ ਸੀ ਕਿ ਅਸੀਂ ਉਹ ਕੰਮ ਕਰ ਰਹੇ ਹਾਂ, ਅਤੇ ਜੇ ਮੰਨ ਲਓ ਉਦੋਂ ਮੈਂ ਡਰ ਜਾਂਦੀ ਜਾਂ ਉਹ ਮੈਨੂੰ ਪਕੜ ਕੇ ਅੰਦਰ ਲਿਜਾਣ 'ਚ ਕਾਮਯਾਬ ਹੋ ਜਾਂਦੇ ਤਾਂ ਇਹ ਰਿਪੋਰਟ ਨਹੀਂ ਸੀ ਛਪਣੀ ਜੀ, ਫਿਰ ਤਾਂ ਨਹੀਂ ਸੀ ਛਪਣੀ ਨਾ। ਇਸ ਤਰੀਕੇ ਨਾਲ ਤੁਹਾਨੂੰ ਤੰਗ ਪਰੇਸ਼ਾਨ ਹੁੰਦਾ ਰਹੇ? ਮਤਲਬ ਇੱਕ ਵਾਰੀ ਹੋਈ ਹੋਇਆ, ਮੇਰੀ ਚੰਗੀ ਕਿਸਮਤ ਹੈ ਵੀ ਪਹਿਲੀ ਵਾਰੀ ਮੇਰਾ ਫਰੀਦਕੋਟ ਦੇ ਲੋਕਾਂ ਨੇ ਇੰਨਾ ਸਾਥ ਦਿੱਤਾ। ਉਸੇ ਦਿਨ ਵਫਦ ਵੀ ਚਲਾ ਗਿਆ, ਅਖਬਾਰ ਵਿੱਚ ਵੀ ਖਬਰ ਲੱਗ ਗਈ ਜਿਹੜੀ ਕਿ ਬਹੁਤ ਘੱਟ ਸੀ ਉਹਨਾਂ ਦਿਨਾਂ 'ਚ। ਪਰ ਜਿਵੇਂ ਤੁਸੀਂ ਨਾਰੀ ਮੰਚ ਵੱਲੋਂ ਬੜੇ ਐਸੇ ਐਕਸ਼ਨ ਲੈਂਦੇ ਰਹੇ, ਤੇ ਮੇਰੇ ਖਿਆਲ 1988 ਦੇ ਵਿੱਚ KPS ਗਿੱਲ ਦੇ ਨਾਲ ਵੀ ਇੱਕ ਬਹੁਤ ਵੱਡਾ ਵਿਵਾਦ ਜੁੜਿਆ ਸੀ। ਹਾਂਜੀ, ਤੇ ਉਸ ਮਾਮਲੇ ਵੀ ਤੁਹਾਡਾ ਕੋਈ ਨਾਰੀ ਮੰਚ ਵੱਲੋਂ ਕੋਈ ਐਸਾ ਐਕਟ ਕੀਤਾ ਗਿਆ? ਬਿਲਕੁਲ ਜੀ, ਬਿਲਕੁਲ, ਮੈਡਮ ਰੂਪਨ ਦਿਓਲ ਬਜਾਜ ਦਾ ਇਸ। ਅੱਛਾ, ਮੈਡਮ ਰੂਪਨ ਦਿਓਲ ਬਜਾਜ ਵਾਲਾ ਜਿਹੜਾ ਮੈਟਰ ਹੈ। ਹਾਂਜੀ ਹਾਂਜੀ ਹਾਂਜੀ। ਉਹ ਪਹਿਲਾਂ ਸਾਨੂੰ, ਮੈਂ ਚਾਹਾਂਗਾ ਜੀ ਦਰਸ਼ਕਾਂ ਨੂੰ ਪੂਰਾ ਮੈਟਰ ਦੱਸੋ, ਮੈਟਰ ਕੀ ਸੀ ਉਹ? ਮੈਟਰ ਇਹ ਸੀਗਾ ਕਿ ਇੱਕ ਪਬਲਿਕ, ਤੁਸੀਂ ਉਸ ਦੇ ਵਿੱਚ ਕੰਮ ਕੀਤਾ ਆ ਤੇ ਤੁਹਾਨੂੰ ਪੂਰੀ ਜਾਣਕਾਰੀ ਹੈ, ਤੇ ਤੁਸੀਂ ਰੂਪਨ ਦਿਓਲ ਬਜਾਜ ਨੂੰ ਮਿਲੇ ਵੀ ਹੋਵੋਗੇ? ਮਿਲੇ ਜੀ, ਉਹਨਾਂ ਦੀ ਇੰਟਰਵਿਊ ਵੀ ਲਈ ਆ। ਅੱਛਾ, ਹੁਣ ਤਾਂ ਉਹ ਮੇਰੇ ਫਰੈਂਡ ਬਣ ਗਿਆ। ਅੱਛਾ ਜੀ, ਇਸ ਇਸ਼ੂ ਨੇ ਹੀ ਸਾਡੇ ਮਤਲਬ ਪਹਿਲੀ ਵਾਰੀ। ਉਹ ਕਿੱਥੇ ਰਹਿੰਦੇ ਨੇ? ਉਹ ਚੰਡੀਗੜ੍ਹ ਰਹਿੰਦੇ। ਚੰਡੀਗੜ੍ਹ? ਹਾਂਜੀ, ਅਸੀਂ ਮਤਲਬ ਅਖਬਾਰਾਂ ਵਿੱਚੋਂ ਸਾਨੂੰ ਇਸ ਮਸਲੇ ਬਾਰੇ ਪਤਾ ਲੱਗਿਆ ਕਿ ਇੱਕ ਪਬਲਿਕ ਪਾਰਟੀ ਦੇ ਵਿੱਚ ਇੱਕ IAS ਆਫੀਸਰ ਦੇ ਨਾਲ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ। ਤੇ ਅੱਛਾ, ਜਿਹੜੀ ਰੂਪਨ ਦਿਓਲ ਬਜਾਜ ਹੈ ਉਹ ਵੀ ਆਫੀਸਰ ਸਨ? ਹਾਂ, ਖੁਦ ਉਹ IAS ਆਫੀਸਰ ਹੈ, ਤੇ ਉਹਦੇ ਮਤਲਬ ਇਹ ਉਹ ਪਬਲਿਕ ਪਾਰਟੀ ਦੇ ਵਿੱਚ ਸ਼ਰੇਆਮ ਉਹਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦੇ ਮਤਲਬ ਬੈਕ 'ਤੇ ਤੱਫਾ ਮਾਰਿਆ। ਅੱਛਾ, ਅਤੇ ਉਹ ਮਤਲਬ ਲੋਕਾਂ ਨੇ ਦੇਖਿਆ ਵੀ ਅਤੇ ਉਹਨੇ ਇਤਰਾਜ਼ ਕੀਤਾ, ਤਾਂ ਉਹ ਬਾਅਦ 'ਚ ਪਤਾ ਲੱਗਿਆ ਵੀ ਉਹ ਅਕਸਰ ਇਹੋ ਜਿਹੀ ਹਰਕਤਾਂ ਕਰਦਾ ਰਹਿੰਦਾ ਸੀਗਾ, ਪਰ ਔਰਤਾਂ ਡਰਦੀਆਂ, ਕੋਈ ਉਹਦੀ ਸ਼ਿਕਾਇਤ ਨਹੀਂ ਸੀ ਕਰਦੀ। KPS ਗਿੱਲ? ਹਾਂ, ਤਾਂ ਇਹਨੇ ਮੁੱਦਾ ਨਾਲ ਦੀ ਨਾਲ ਚੱਕ ਲਿਆ ਮੈਡਮ ਰੂਪਨ ਦਿਓਲ ਬਜਾਜ ਨੇ, ਤਾਂ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇਹਦੇ 'ਤੇ। ਉਹਨਾਂ ਨੇ ਡਿਪਾਰਟਮੈਂਟਲ ਕੰਪਲੇਂਟ ਵੀ ਕੀਤੀ, ਫਿਰ ਜਦੋਂ ਡਿਪਾਰਟਮੈਂਟ 'ਚੋਂ ਕੰਪਲੇਂਟ ਹੋਈ ਤਾਂ ਫਿਰ ਬਾਅਦ 'ਚ ਇਹਨਾਂ ਨੂੰ ਬੁਲਾਇਆ ਇਹਨਾਂ ਨੇ, ਅਤੇ ਕਹਿੰਦੇ ਨਾ ਕਿ ਤੁਸੀਂ ਬੰਦ ਕਮਰੇ ਦੇ ਵਿੱਚ ਮਤਲਬ ਮਾਫ਼ੀ ਮੰਗਵਾ ਦਿੰਦੇ ਹਾਂ ਅਸੀਂ, ਅਤੇ ਉਹਦੇ 'ਤੇ ਰੋਕ ਲਾ ਦਿੰਦੇ ਹਾਂ ਕਿ ਉਹ ਅੱਗੇ ਤੋਂ ਪਬਲਿਕ ਪਾਰਟੀਆਂ ਵਿੱਚ ਨਹੀਂ ਜਾਊਗਾ। ਇਹ ਗੱਲ ਕਿਸ ਨੇ ਕਹੀ? ਇਹ ਉਹਨਾਂ ਨੇ ਜਿਹੜੇ ਇਹਨਾਂ ਦੇ ਆਫਿਸਰ ਨਾਲ ਗੱਲਬਾਤ ਹੋਈ ਸੀਗੀ, ਤਾਂ ਉਹ ਕਹਿੰਦੇ ਵੀ ਪਾਰਟੀਆਂ 'ਤੇ ਰੋਕ ਤਾਂ ਗਵਰਨਮੈਂਟ ਨੇ ਲਾਈ, ਇਹਦਾ ਮਤਲਬ ਉਹਨਾਂ ਨੇ ਮੰਨ ਲਿਆ ਵੀ ਹਾਂ ਉਹ ਗੁਨਾਹਗਾਰ ਹੈਗਾ। ਗੁਨਾਹਗਾਰ ਹੈ, ਹਾਂ। ਅਤੇ ਦੂਸਰੀ ਗੱਲ ਜਿਹੜੀ ਸੀਗੀ ਵੀ ਬੰਦ ਕਮਰੇ ਦੇ ਵਿੱਚ ਮੰਗੋ, ਤਾਂ ਮੈਡਮ ਰੂਪਨ ਦਿਓਲ ਬਜਾਜ ਨੇ ਕਿਹਾ ਕਿ ਉਹਨੇ ਪਬਲਿਕਲੀ ਇਹ ਹਰਕਤ ਕੀਤੀ ਹੈ, ਅਤੇ ਉਹ ਪਬਲਿਕਲੀ ਮਾਫ਼ੀ ਮੰਗ ਲਏ। ਅੱਛਾ, ਇਹ ਪਾਰਟੀ ਦੇ ਵਿੱਚ ਮੈਡਮ ਵੀ ਗਏ ਸੀ? ਹਾਂ, ਰੂਪਨ ਦਿਓਲ ਬਜਾਜ ਵੀ, ਤੇ ਉਸ ਪਾਰਟੀ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਸੀ, ਹੋਰ ਬਹੁਤ ਜ਼ਿਆਦਾ ਬਹੁਤ ਸਾਰੇ ਲੋਕ ਸੀ। ਕਈ ਲੋਕਾਂ ਨੇ ਕਿੱਥੋਂ ਦੀ ਸੀ ਪਾਰਟੀ? ਉੱਥੇ ਚੰਡੀਗੜ੍ਹ ਹੀ ਹੋ ਰਹੀ ਹੋਣੀ ਕਿਧਰੇ? ਅੱਛਾ, ਚੰਡੀਗੜ੍ਹ ਕਿਤੇ ਹੋ ਰਹੀ ਹੋਣੀ ਹੈ। ਹਾਂ, ਕਿ ਉੱਥੇ ਮੈਡਮ ਉੱਥੇ, ਤੇ ਇਹ ਨਸ਼ੇ ਦੇ ਵਿੱਚ ਇਹਨਾਂ ਨੇ ਆ ਕੇ? ਹਾਂਜੀ, ਠੀਕ ਹੈ, ਹਰਕਤ ਕੀਤੀ। ਹਾਂ, ਤਾਂ ਉੱਥੇ ਮਤਲਬ ਯਾਨੀ ਉਹਨਾਂ ਨੇ ਕਿਹਾ ਵੀ ਪਬਲਿਕਲੀ ਉਹ ਮਾਫ਼ੀ ਮੰਗ ਲਏ, ਦੈਨ ਇਟਸ ਓਕੇ। ਤਾਂ ਉਹ ਕਹਿੰਦੇ ਵੀ ਨਹੀਂ ਇਹ ਤਾਂ ਨਹੀਂ, ਤਾਂ ਉਹ ਮਤਲਬ ਸਾਰੇ ਹੋਰ ਵੀ ਲੋਕਾਂ ਨੂੰ ਲੱਗਦਾ ਸੀ ਵੀ ਉਹ ਐਡਾ ਵੱਡਾ ਆਫੀਸਰ ਆ, ਉਹ ਪਬਲਿਕਲੀ ਮਾਫ਼ੀ ਕਿਉਂ ਮੰਗੇ? ਤਾਂ ਅਸੀਂ ਮਤਲਬ ਹਾਂਜੀ ਹਾਂ, ਤਾਂ ਅਸੀਂ ਇਹਦੇ 'ਤੇ ਇੱਕ ਸੰਪਾਦਕੀ ਲਿਖੀ ਜੀ, ਰੂਪਨ ਦਿਓਲ ਬਜਾਜ ਦੇ ਹੱਕ 'ਚ ਆਵਾਜ਼ ਬੁਲੰਦ ਕਰੋ ਜੀ। ਅਤੇ ਉਸ ਸੰਪਾਦਕੀ ਦੇ ਵਿੱਚ ਜਿਹੜੀ ਗੱਲ ਅਸੀਂ ਹਾਈਲਾਈਟ ਕੀਤੀ ਉਹ ਇਹ ਸੀ ਕਿ ਕਿਉਂਕਿ ਇਸ ਦੇਸ਼ ਦਾ ਕਾਨੂੰਨ ਜਾਂ ਸਿਵਲ ਸਰਵਿਸ ਕਾਨੂੰਨ KPS ਗਿੱਲ 'ਤੇ ਲਾਗੂ ਨਹੀਂ ਹੁੰਦਾ। ਰੂਪਨ ਦੀ ਸ਼ਿਕਾਇਤ ਮੁਤਾਬਕ ਧਾਰਾ 354-509 ਨਾਲ ਮੜ ਕੇ KPS 'ਤੇ ਫੌਜਦਾਰੀ ਕੇਸ ਬੰਦ ਹੈ ਜੀ। ਮੁੱਢਲੀ ਇਨਕੁਆਇਰੀ ਸਾਬਤ ਕਰਦੀ ਹੈ ਕਿ ਘਟਨਾ ਵਾਪਰੀ ਹੈ।
ਸਰਕਾਰ ਨੇ KPS ਗਿੱਲ ਤੇ ਪਾਰਟੀਆਂ ਵਿੱਚ ਜਾਣ ਤੇ ਰੋਕ ਲਾ ਕੇ ਉਸ ਦਾ ਦੋਸ਼ ਮੰਨ ਲਿਆ, ਫਿਰ ਉਸ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ, ਮੁਕਦਮਾ ਕਿਉਂ ਨਹੀਂ ਚਲਾਇਆ ਗਿਆ? ਅੱਛਾ, ਏਡੀ ਵੱਡੀ ਆਵਾਜ਼ ਬੁਲੰਦ ਕਰ ਦਿੱਤੀ ਸੀ? ਹਾਂ, ਇੱਕ ਆਫੀਸਰ ਦੇ ਉੱਪਰ, ਆਫੀਸਰ ਦੇ ਉੱਪਰ। ਇਹਦਾ ਮਤਲਬ ਸ਼ਰਿਆਮ ਲਿਖਿਆ ਹੈ, ਨਾਰੀ ਮੰਚ ਵੱਲੋਂ ਕਾਫੀ ਕੁਝ ਖੁੰਦਾ ਰਿਹਾ ਯਾਰ। ਸਾਡੇ ਛੀਣੀਆਂ ਸੀ ਅਸੀਂ ਸਾਰੀਆਂ। ਅੱਛਾ, ਛੀਣੀ ਕੱਲਾ ਨਾਮ ਨਹੀਂ ਸੀ ਰੱਖਿਆ? ਨਾਮ ਨਹੀਂ ਸੀਗਾ, ਛੀਣੀਆਂ ਬਣੀਆਂ ਸੀ। ਹਾਂ, ਬਣੀਆਂ ਸੀ। ਇਹਦੇ ਵਿੱਚੋਂ ਫਿਰ ਗਾਂ ਜਿਹੜੀ ਅਸੀਂ ਗੱਲ ਕੋਰਲੇਟ ਕੀਤੀ, ਉਹ ਇਹ ਕੋਰਲੇਟ ਕੀਤੀ ਵੀ ਸਰਕਾਰ ਉਹਦੇ 'ਤੇ ਐਕਸ਼ਨ ਨਹੀਂ ਲਊਗੀ। ਜੀ, ਕਿਉਂ ਨਹੀਂ ਲਊਗੀ? ਕਿਉਂਕਿ ਉਹਨਾਂ ਨੇ ਨੂੰ ਮਸਾਂ ਇੱਕ ਸਿੱਖ ਅਫਸਰ ਲੱਭਾ ਹੈ ਜਿਹੜਾ ਪੰਜਾਬ ਦੇ ਸਵੈਮਾਨ ਨੂੰ ਘੱਟੇ ਵਿੱਚ ਰੋਲ ਸਕੇ। ਹਾਂ, ਅਤੇ ਉਹ ਮਤਲਬ ਕਦੀ ਵੀ ਉਹਦੇ 'ਤੇ ਇਹੋ ਜਿਹੇ ਐਲੀਗੇਸ਼ਨ ਨਹੀਂ ਲਾਉਣਗੇ ਜਿਹਦੇ ਨਾਲ ਲੋਕਾਂ ਵਿੱਚ ਉਹਦੀ ਇਮੇਜ ਡਾਊਨ ਹੋਵੇ, ਤਾਂ ਉਹ ਨਹੀਂ ਕਰਨਗੇ। ਪਰ ਇਹ 10 ਦਿਨ ਦੀ ਇਨਕੁਆਇਰੀ ਤੋਂ ਬਾਅਦ ਜਦੋਂ ਇਹ ਸਾਰੀ ਗੱਲਬਾਤ ਹੋ ਗਈ ਤਾਂ ਉਹਨਾਂ ਨੇ ਮੈਡਮ ਨੇ FIR ਲੌਂਚ ਕਰਾਤੀ। ਹਾਂਜੀ, ਤਾਂ ਇਹਨਾਂ ਨੇ ਉਹ FIR ਫਰੀਜ਼ ਕਰਵਾਤੀ। ਅੱਛਾ, ਤਾਂ ਇਹਨਾਂ ਨੇ ਬਾਅਦ ਵਿੱਚ ਇਹ ਅਦਾਲਤ ਵਿੱਚ ਗਏ, ਅਦਾਲਤ ਰਾਹੀਂ ਉਹ ਦੁਬਾਰਾ ਚਾਲੂ ਹੋ ਗਿਆ ਕੇਸ। ਫਿਰ ਹੇਠਲੀ ਅਦਾਲਤ ਵਿੱਚੋਂ ਇਹਨੂੰ ਸਜ਼ਾ ਹੋ ਗਈ ਤੇ ਨਾਲ ਇਹਨੂੰ 2 ਲੱਖ ਰੁਪਏ ਦਾ ਜੁਰਮਾਨਾ ਹੋ ਗਿਆ। ਅੱਛਾ, 2 ਲੱਖ ਦਾ ਜੁਰਮਾਨਾ? ਹਾਂ, ਅਤੇ ਸਜ਼ਾ ਕਿੰਨੀ ਸੀ ਉਹ ਮੈਨੂੰ ਯਾਦ ਨਹੀਂ ਹੁਣ। ਤਾਂ ਇਹਨੇ ਹਾਈਕੋਰਟ ਸੁਪਰੀਮ ਕੋਰਟ 'ਚ ਅਪੀਲ ਕੀਤੀ KPS ਗਿੱਲ ਨੇ, ਪਰ 2 ਲੱਖ ਦਾ ਜੁਰਮਾਨਾ ਇਹਨੇ ਉਦੋਂ ਹੀ ਭਰਤਾ। ਅੱਛਾ, ਤਾਂ ਮਤਲਬ ਸਾਬਤ ਹੋ ਗਿਆ? ਹਾਂ, ਸਾਬਤ ਹੋ ਗਿਆ। 2 ਲੱਖ ਦਾ ਜੁਰਮਾਨਾ ਜਿਹੜਾ ਭਰਿਆ ਉਹ ਕਿ ਮੈਡਮ ਰੂਪਨਦਿਆਲ ਬਜਾਜ ਨੇ ਲੈ ਕੇ ਉਹ ਚੈਰਿਟੀ ਵਿੱਚ ਡੋਨੇਟ ਕਰਤਾ। ਅੱਛਾ, ਅਤੇ ਇਹ ਜਿਹੜਾ ਕੇਸ ਸੀ ਉੱਥੇ ਉੱਤੇ ਚੱਲ ਹੀ ਰਿਹਾ ਸੀ ਜਦੋਂ ਇਹ ਦੀ ਡੈਥ ਹੋ ਗਈ। ਰੂਪਨਦਿਓਲ ਬਜਾਜ ਤੁਹਾਡੇ ਸੰਪਰਕ ਵਿੱਚ ਕਿਵੇਂ ਆਏ? ਇਸ ਕੇਸ ਦੇ ਰਾਹੀਂ। ਇਹ ਕੇਸ ਦਾ ਤੁਹਾਨੂੰ ਅਖਬਾਰਾਂ 'ਚੋਂ ਪਤਾ ਲੱਗਾ? ਹਾਂ, ਅਸੀਂ ਇਹਦੇ 'ਤੇ ਸੰਪਾਦਕੀ ਲਿਖੀ। ਸੰਪਾਦਕੀ ਤੋਂ ਬਾਅਦ ਸਾਡੇ ਮਤਲਬ ਇੱਕ ਮੈਂਬਰ ਉਹਨਾਂ ਨੂੰ ਮਿਲਣ ਲਈ ਗਏ ਅਤੇ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਆਹ ਦੇ ਕੇ ਆਓ ਮੈਗਜ਼ੀਨ। ਉਹ ਮੈਗਜ਼ੀਨ ਦੇ ਕੇ ਆਏ ਤਾਂ ਉਹਨਾਂ ਨੂੰ ਫੋਨ ਨੰਬਰ ਦਿੱਤਾ, ਤਾਂ ਉਹਨਾਂ ਨੇ ਮਤਲਬ ਫੋਨ ਕੀਤਾ ਵੀ ਪਹਿਲੀ ਵਾਰੀ ਕਿਸੇ ਨੇ ਇਸ ਗੱਲ ਨੂੰ ਪੋਲੀਟੀਕਲੀ ਸਹੀ ਤਰੀਕੇ ਨਾਲ ਕੋਰਲੇਟ ਕੀਤਾ ਵੀ ਉਹਦੇ 'ਤੇ ਐਕਸ਼ਨ ਸਰਕਾਰ ਕਿਉਂ ਨਹੀਂ ਲੈ ਰਹੀ। ਕਿਉਂਕਿ ਖੁਸ਼ਵੰਤ ਸਿੰਘ ਵਰਗੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਰਾਈਟਰ ਮੰਨਦੇ ਨੇ, ਉਹਨਾਂ ਨੇ ਵੀ ਮੇਰੇ ਖਿਆਲ ਇਸ ਕੇਸ ਨੂੰ ਹੋਰ ਰੰਗਤ ਦੇ ਦਿੱਤੀ। ਹਾਂ, ਉਹਨਾਂ ਨੇ ਇਹਨੂੰ ਉਹਨਾਂ ਨੇ 2 ਪੁਆਇੰਟ ਚੱਕੇ ਆਪਦੇ ਸੱਚੋ ਸੱਚ ਪ੍ਰੋਗਰਾਮ ਵਿੱਚ। ਅੱਛਾ, ਸੱਚੋ ਸੱਚ ਦਾ ਨਾਮ? ਹਾਂ, ਸੱਚੋ ਸੱਚ ਪ੍ਰੋਗਰਾਮ ਲਿਖ ਦਿੰਦੇ ਸੀ। ਸੱਚ ਸੀ ਕਿ ਝੂਠ ਸੀ ਉਹ ਤੁਸੀਂ ਦੱਸ ਸਕਦੇ ਹੋ? ਅਸੀਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਕਿ ਮਿਤੀ 4/11/95 ਖੁਸ਼ਵੰਤ ਸਿੰਘ ਦੇ ਸੱਚੋ ਸੱਚ ਵਿੱਚ ਰੂਪਨਦਿਓਲ ਬਨਾਮ ਗਿੱਲ ਬਾਰੇ ਬੋਲਣ ਸਮੇਂ ਸੱਚ ਨੂੰ ਤਾਂ ਅੱਖੋਂ ਹੀ ਓਲੇ ਕਰਤਾ। ਸਿੱਧਾ ਹੀ ਅਸੀਂ ਇਹ ਲਿਖਿਆ। ਖੁਸ਼ਵੰਤ ਸਿੰਘ ਨੇ ਲਿਖਿਆ ਕਿ ਰੂਪਨਦਿਓਲ ਅਤੇ KPS ਵਿਚਕਾਰ ਕੀ ਹੋਇਆ ਇਸ ਦਾ ਤਾਂ ਸਿਰਫ ਦੋਹਾਂ ਨੂੰ ਹੀ ਪਤਾ ਹੈ। ਖੁਸ਼ਵੰਤ ਜੀ, ਸੱਚ ਇਹ ਹੈ ਕਿ ਪਾਰਟੀ ਵਿੱਚ ਮੌਜੂਦ 40 ਲੋਕਾਂ ਨੂੰ ਪਤਾ ਹੈ। ਬਿਲਕੁਲ, ਸਿੱਧਾ ਹੀ ਹੋ ਗਏ, ਸਿੱਧਾ ਹੀ ਸ਼ਬਦੀ ਬਾਣ ਭੇਜਿਆ ਸੀ ਉਹਨਾਂ ਨੂੰ। ਇਹ ਜਿੰਨਾ ਇਸ ਪਤਵੰਤ ਜਿਨ੍ਹਾਂ ਵਿੱਚ ਇਹਨਾਂ ਪਤਵੰਤ ਸੱਜਣਾ ਦੇ ਨਾਲ ਪੱਤਰ ਪ੍ਰੇਰਕ ਵੀ ਸਨ ਉਸ ਪਾਰਟੀ ਵਿੱਚ। ਖੁਸ਼ਵੰਤ ਲਿਖਦੇ ਹਨ, ਦੂਸਰਾ ਪੁਆਇੰਟ, ਖੁਸ਼ਵੰਤ ਲਿਖਦੇ ਹਨ ਕਿ ਘਟਨਾ ਦੇ 10 ਦਿਨ ਬਾਅਦ ਥਾਣੇ ਵਿੱਚ ਰਿਪੋਰਟ ਕਰਾਉਣ ਦਾ ਫੈਸਲਾ ਕੀਤਾ। ਇਹ ਵੀ ਤੱਥਾਂ ਦੀ ਤੋੜ ਮਰੋੜ ਹੈ। ਘਟਨਾ ਦੀ ਰਾਤ ਮੈਡਮ ਰੂਪਨਦਿਓਲ ਬਜਾਜ ਨੇ ਸ਼੍ਰੀ SL ਕਪੂਰ ਵਿੱਚ ਕਮਿਸ਼ਨਰ ਤੋਂ ਸੈਕਟਰੀ ਪੰਜਾਬ ਨੂੰ, ਜਿਸ ਦੇ ਘਰ ਪਾਰਟੀ ਸੀ, ਸ਼ਿਕਾਇਤ ਕੀਤੀ। ਉਸੇ ਸਮੇਂ ਮਿਸਟਰ ਪਟਨਾਇਕ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਵੀ ਪਾਰਟੀ 'ਚ ਸੀ, ਜਿਸ ਨੂੰ ਘਟਨਾ ਬਾਰੇ ਦੱਸਿਆ ਅਤੇ ਰਿਪੋਰਟ ਭੇਜਣ ਦੀ ਮੰਗ ਕੀਤੀ। ਮਿਤੀ 19/7/88 ਨੂੰ ਚੀਫ ਸੈਕਟਰੀ ਸ਼੍ਰੀ RP ਓਜਾ ਤੋਂ ਵਕਤ ਲਿਆ ਅਤੇ ਸ਼ਾਮ 8 ਵਜੇ ਉਹਨਾਂ ਦੇ ਘਰ ਸ਼ਿਕਾਇਤ ਦਿੱਤੀ ਅਤੇ ਮਿਸਟਰ ਰੋਬੈਰੋ ਨੂੰ ਮਿਲਣ ਦੀ ਇਜਾਜ਼ਤ ਮੰਗੀ। ਚੀਫ ਸੈਕਟਰੀ ਦੀ ਇਜਾਜ਼ਤ ਨਾਲ 19/7/88 ਨੂੰ ਰਾਤ 9 ਵਜੇ ਮਿਸਟਰ ਰੋਬੈਰੋ ਨੂੰ ਸ਼ਿਕਾਇਤ ਕੀਤੀ। ਇੱਕ ਜਮਹੂਰੀ ਮੁਲਕ ਦੇ ਕਾਨੂੰਨ ਮੁਤਾਬਕ ਸੀਨੀਅਰ ਪੁਲਿਸ ਅਫਸਰ ਕੋਲ ਕੀਤੀ ਇਹ ਸ਼ਿਕਾਇਤ, FIR ਦਾ ਦਰਜਾ ਰੱਖਦੀ ਹੈ ਜੀ। ਤੇ ਖੁਸ਼ਵੰਤ ਸਿੰਘ ਨੇ ਤਾਂ ਕੋਈ ਰਿਪਲਾਈ ਕੀਤਾ ਨਹੀਂ? ਸਾਨੂੰ ਕੋਈ ਰਿਪਲਾਈ ਨਹੀਂ ਕੀਤਾ ਉਹਨੇ। ਪੜਿਆ ਤਾਂ ਹੋਊਗਾ ਹੀ। ਉਹ KPS ਗਿੱਲ ਦੇ ਹੱਕ ਦੇ ਵਿੱਚ ਕਿਉਂ ਭੁਗਤੇ? ਇੱਕ ਇਸਤਰੀ ਜਿਹਨੇ ਆਪਣੇ ਸਵੈਮਾਨ ਦੀ ਖਾਤਰ ਲੜਾਈ ਲੜੀ ਹੈ, ਉਹਦੇ ਹੱਕ ਦੇ ਵਿੱਚ ਕਿਉਂ ਨਹੀਂ ਆਏ? ਉਹਨਾਂ ਨੇ ਇਸ ਨੂੰ ਇੱਕ ਬੜਾ ਛੋਟਾ ਜਿਹਾ ਮਾਮਲਾ ਬਣਾ ਕੇ ਕਿਉਂ ਪੇਸ਼ ਕਰ ਦਿੱਤਾ ਵੀ ਇੱਕ ਅਫਸਰ ਦੀ ਅਫਸਰ ਦੇ ਨਾਲ? ਉਹਨਾਂ ਦੀ ਸੋਚ ਹੋ ਸਕਦੀ ਹੈ, ਉਹਨਾਂ ਨੂੰ ਲੱਗਿਆ ਵੀ ਇਹ ਆਫੀਸਰਸ ਆਪਸੀ ਰੌਲਾ ਜਿਹਦੇ 'ਚ ਸ਼ਿਕਾਇਤ ਹੋਈ ਹੈ, ਉਹਨਾਂ ਨੂੰ ਇਹ ਲੱਗਿਆ ਹੋਣਾ, ਜਾਂ ਉਹਨਾਂ ਨੂੰ ਪੂਰੇ ਤੱਥ ਉਹਨਾਂ ਦੀ ਨੌਲੇਜ 'ਚ ਨਹੀਂ ਆਏ ਹੋਣੇ। ਪਰ ਬਿਨਾਂ ਨੌਲੇਜ ਤੋਂ ਇੱਕ ਰਾਈਟਰ ਆਪਣਾ ਬਿਆਨਬਾਜ਼ੀ ਸੱਚੋ ਸੱਚ ਪ੍ਰੋਗਰਾਮ, ਇਹ ਹੁਣ ਸਾਡਾ ਪ੍ਰੋਗਰਾਮ ਕੌੜਾ ਸੱਚ ਹੈ? ਦੇਖੋ, ਇਹ ਗੱਲ ਜੇ ਉਹ ਨਾ ਕਰਦੇ ਤਾਂ ਫਿਰ ਆ ਸਾਡੀ ਚਿੱਠੀ ਉਹਨਾਂ ਕੋਲ ਥੋੜ੍ਹੀ ਜਾਣੀ ਸੀ। ਠੀਕ ਹੈ ਨਾ, ਰੈਪੂਟੇਸ਼ਨ ਸੀ ਉਹਨਾਂ ਦੀ ਜੀ, ਉਹ ਉਹਨਾਂ ਦੇ ਪ੍ਰੋਗਰਾਮਾਂ ਨੂੰ ਲੋਕ ਮਾਨਤਾ ਦਿੰਦੇ ਸੀ, ਤਾਂ ਉਹਦੇ ਵਿੱਚ ਅਸੀਂ ਤਾਂ ਲਿਖਤਾ ਫਿਰ ਇਸੇ ਕਰਕੇ ਵੀ ਇਹ ਸੱਚੋ ਸੱਚ ਪ੍ਰੋਗਰਾਮ ਵਿੱਚ ਆ ਤਾਂ ਝੂਠ ਹੈ, ਆ ਤਾਂ ਦੋਵੇਂ ਗੱਲਾਂ ਗਲਤ ਹੈ। ਆਹ ਚਿੱਠੀ ਤੁਹਾਡੇ ਸਾਹਮਣੇ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ,
ਅੱਛਾ, ਇਸ ਤੋਂ ਬਾਅਦ 27/9/88 ਨੂੰ ਗਵਰਨਰ ਨੂੰ ਜਾਤੀ ਤੌਰ 'ਤੇ ਮਿਲ ਕੇ ਯਾਦ ਪੱਤਰ ਦਿੱਤਾ ਅਤੇ ਸ਼ਿਕਾਇਤ 'ਤੇ ਕੀ ਐਕਸ਼ਨ ਲਿਆ ਇਹਦੇ ਬਾਰੇ ਪੁੱਛਿਆ ਮੈਡਮ ਨੇ। ਉਸ ਤੋਂ ਬਾਅਦ ਗਵਰਨਰ ਨੇ ਬੰਦ ਕਮਰੇ ਵਿੱਚ 2-3 ਅਫਸਰਾਂ ਸਾਹਮਣੇ ਗਿੱਲ ਤੋਂ ਜ਼ਬਾਨੀ ਮਾਫ਼ੀ ਦਾ ਪ੍ਰਸਤਾਵ ਰੱਖਿਆ ਜੋ ਮੈਡਮ ਰੂਪਨ ਦਿਓਲ ਨੂੰ ਮਜਾਜ ਨਹੀਂ ਸੀ। ਸੋ ਇਸ ਤੋਂ ਸਾਫ਼ ਹੋ ਗਿਆ ਕਿ ਇਸ ਤੋਂ ਵੱਧ ਵਿਭਾਗੀ ਤੌਰ 'ਤੇ ਕੁਛ ਨਹੀਂ ਕੀਤਾ ਜਾਏਗਾ ਅਤੇ ਉਹਨਾਂ ਨੇ ਨਿਆਂ ਹਾਸਲ ਕਰਨ ਲਈ 29/7/88 ਨੂੰ ਚੰਡੀਗੜ੍ਹ ਪੁਲਿਸ ਥਾਣੇ 'ਚ ਰਿਪੋਰਟ ਕਰਵਾਤੀ। ਤਾਂ ਇਹਦੇ 'ਚ ਫਿਰ ਅਸੀਂ ਇਹ ਲਿਖਿਆ ਸੀਗਾ ਵੀ ਕੀ ਇੱਕ ਸੀਨੀਅਰ ਪੁਲਿਸ ਆਫਿਸਰ ਤੋਂ ਅਸੀਂ ਨਿਆਂ ਦੀ ਉਮੀਦ ਰੱਖ ਸਕਦੇ ਹਾਂ ਜਿਹੜਾ ਖੁਦ ਨਿਆਂ ਨੂੰ ਤੋੜ ਰਿਹਾ, ਕਾਨੂੰਨ ਨੂੰ ਤੋੜ ਰਿਹਾ। ਇੱਕ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਮੈਡਮ ਦੇਖੋ ਤੁਹਾਡੇ ਜਿਵੇਂ ਤੁਸੀਂ ਦੱਸਿਆ ਕਿ ਮੇਰੇ ਉਹ ਸਹੇਲੀ ਨੇ, ਨਹੀਂ ਹੁਣ ਬਣਿਆ ਉਹ, ਉਦੋਂ ਨਹੀਂ ਸੀ, ਮੈਂ ਤਾਂ ਜਾਣਦੀ ਵੀ ਨਹੀਂ ਸੀ ਉਹਨਾਂ ਨੂੰ, ਮੈਂ ਤਾਂ ਕਦੇ ਮਿਲੀ ਵੀ ਨਹੀਂ ਸੀ। ਮੈਂ ਤਾਂ ਜਦੋਂ ਅੱਜ ਮੈਗਜ਼ੀਨ ਉਹਨਾਂ ਕੋਲ ਭੇਜੀ ਤਾਂ ਉਹਨਾਂ ਨੇ ਸੰਪਾਦਕੀ ਪੜ੍ਹ ਕੇ ਇਹ ਇੱਛਾ ਜ਼ਾਹਰ ਕੀਤੀ ਵੀ ਮੈਨੂੰ ਮਿਲੋ ਤੁਸੀਂ, ਤੁਸੀਂ ਪਹਿਲੇ ਇੱਕ ਪੱਤਰਕਾਰ ਹੋ ਯਾਨੀ ਜਿਨ੍ਹਾਂ ਨੇ ਇਸ਼ੂ ਨੂੰ ਸਹੀ ਢੰਗ ਨਾਲ ਕੋਰਲੇਟ ਕੀਤਾ। ਕਿਸੇ ਅਖਬਾਰ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਕੋਰਲੇਟ ਨਹੀਂ ਕੀਤਾ। ਆਪਾਂ ਇੱਕ ਚੀਜ਼ ਮਹਿਸੂਸ ਕਰ ਸਕਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਚਲੋ ਹੁਣ ਤੁਹਾਡੇ ਸਹੇਲੀ ਬਣ ਗਏ ਹੈ ਨਾ, ਉਦੋਂ ਤੁਹਾਡੇ ਕੁਛ ਨਹੀਂ ਸੀ ਪਰ ਇਨਸਾਨੀਅਤ ਨਾਤੇ ਤੁਸੀਂ ਆਵਾਜ਼ ਬੁਲੰਦ ਕੀਤੀ ਵੀ ਇੱਕ ਸੀਨੀਅਰ ਆਫਿਸਰ ਦੇ ਨਾਲ ਪਾਰਟੀ ਦੇ ਵਿੱਚ ਜੇ ਇਸ ਤਰ੍ਹਾਂ ਦੀ ਹਰਕਤ ਹੋ ਸਕਦੀ ਹੈ ਤੇ ਜਿਹੜੀਆਂ ਥਾਣਿਆਂ ਦੇ ਵਿੱਚ ਸਧਾਰਨ ਔਰਤਾਂ ਫੜ ਕੇ ਲਿਆਂਦੀਆਂ ਜਾਂਦੀਆਂ ਸੀ ਉਹਨਾਂ ਨਾਲ ਕੀ ਹੁੰਦਾ ਹੋਊਗਾ। ਇੱਥੋਂ ਆਪਾਂ ਇੱਕ ਆਈਡੀਆ ਲਾ ਸਕਦੇ, ਇੱਥੋਂ ਬਿਲਕੁਲ ਅੰਦਾਜ਼ਾ ਲੱਗਦਾ ਇੱਥੋਂ, ਇਹ ਗੱਲ ਅਸੀਂ ਲਿਖੀ ਵੀ ਹੈ। ਫਿਰ ਉਸ ਤੋਂ ਬਾਅਦ ਅਸੀਂ ਮੈਂ ਗਈ ਉਹਨਾਂ ਨੂੰ ਸਪੈਸ਼ਲ ਮਿਲਣ ਵਾਸਤੇ, ਉਹਨਾਂ ਨੂੰ ਮਿਲਣ ਤੋਂ ਬਾਅਦ ਅਸੀਂ ਉਹਨਾਂ ਮੈਂ ਉਹਨਾਂ ਦੀ ਇੰਟਰਵਿਊ ਲਈ, ਅਸੀਂ ਉਹ ਇੰਟਰਵਿਊ ਆਪਣੀ ਮੈਗਜ਼ੀਨ ਵਿੱਚ ਛਾਪੀ ਅਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਇੱਕ ਫੁਲਕਾਰੀ ਪੇਂਟ ਕੀਤੀ ਅਤੇ ਮੇਰੇ 'ਤੇ ਪਾ ਕੇ ਕਿਹਾ ਕਿ ਤੂੰ ਸੱਚੀ ਸ਼ੀਣੀ ਹੈ। ਉਹ ਫੁਲਕਾਰੀ ਮੇਰੇ ਕੋਲ ਅੱਜ ਵੀ ਹੈਗੀ ਹੈ। ਅੱਛਾ ਜੀ, ਹਾਂ, ਜਦੋਂ ਭੈਣ ਜੀ ਜਿਹਨਾਂ ਦੇ ਆਪਾਂ ਰੂਪਨ ਦਿਓਲ ਬਜਾਜ ਦੇ ਨਾਲ ਇਹ ਹਾਦਸਾ ਹੋਇਆ, ਉਹਨਾਂ ਦੀ ਏਜ ਕਿੰਨੀ ਸੀ ਉਸ ਵਕਤ? ਉਹ ਵੱਡੀ ਉਮਰ 'ਤੇ ਸੀ, ਜ਼ਿਆਦਾ ਮਤਲਬ ਮਿਡਲ ਏਜ ਕਹਿ ਸਕਦੇ ਹੋ ਤੁਸੀਂ, ਮਿਡਲ ਏਜ ਕਹਿ ਸਕਦੇ ਹੋ। ਉਹਨਾਂ ਨੂੰ ਬਹੁਤ ਤੰਗ ਕੀਤਾ ਇਹਨਾਂ ਨੇ ਬਾਅਦ ਵਿੱਚ, ਉਹਨਾਂ ਦੇ ਬੇਟੇ ਨੂੰ ਉਲਝਾਇਆ ਕੇਸਾਂ ਵਿੱਚ, ਬਹੁਤ ਤੰਗ ਕੀਤਾ ਉਹਨਾਂ ਦੀ ਮਤਲਬ ਵਿਭਾਗੀ ਤੌਰ 'ਤੇ ਵੀ ਉਹਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਜੀ। ਹਾਂ, ਪਰ ਉਹਨਾਂ ਨੇ ਕਿਹਾ ਵੀ ਜਿੰਨਾ ਮਰਜ਼ੀ ਪਰੇਸ਼ਾਨ ਕਰ ਲਓ ਮੈਂ ਕੇਸ ਵਾਪਸ ਨਹੀਂ ਲੈਣਾ। ਅੱਛਾ, ਕੇਸ ਵਾਪਸ ਨਹੀਂ ਲਿਆ? ਨਾ, ਜਿੰਨੀ ਦੇਰ ਤੱਕ ਸਜ਼ਾ ਨਹੀਂ ਹੋਗੀ, ਜਿੰਨੀ ਦੇਰ ਤੱਕ ਸਜ਼ਾ ਨਹੀਂ ਹੋਗੀ ਜੇਲ੍ਹ ਨਹੀਂ ਉਹ ਜਾ ਸਕਿਆ। ਇਹ ਸਾਡੀ ਉਹਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਅੰਦਰ ਭੇਜਣ ਦੀ ਇੱਛਾ ਮਨ 'ਚ ਹੀ ਰਹਿ ਗਈ ਕਿਉਂਕਿ ਉਹਨੇ ਉਹ ਗਾਂ ਉੱਥੇ ਕਰਤਾ, ਉੱਥੇ ਲਮਕਾਈ ਗਏ ਉਹ ਕੇਸ। ਫਿਰ ਉਹਨੂੰ ਇਹਨਾਂ ਨੇ ਉਹ ਦੂਸਰੇ ਸੂਬੇ ਵਿੱਚ ਗਵਰਨਰ ਬਣਾ ਕੇ ਭੇਜਤਾ ਅਤੇ ਉੱਥੋਂ ਬਾਅਦ ਇਹ ਆਪਣੇ ਕੀ ਕਹਿੰਦੇ ਆ ਡੈਥ ਹੋ ਗਈ। ਵੈਸੇ ਜਿਹੜੇ ਇਹਨੂੰ ਜਾਣਦੇ ਆ ਜਿਹਨਾਂ ਨੇ ਇਹਦੇ ਬਾਰੇ ਲਿਖਿਆ ਉਹ ਦੱਸਦੇ ਆ ਵੀ ਇਹ ਬਹੁਤ ਡਰ ਡਰ ਕੇ ਜਿਉਂਦਾ ਰਿਹਾ ਅਖੀਰਲੇ ਦਿਨਾਂ ਵਿੱਚ ਅਤੇ ਬਹੁਤ ਬੁਰੀ ਹਾਲਤ ਵਿੱਚ ਗੁਰਦਿਆਂ ਦੀ ਬਿਮਾਰੀ ਨਾਲ ਮਰਿਆ। ਪਰ ਸਵੈ ਮਨ ਦੀ ਜੰਗ ਲੜੀ ਗਈ ਹੈ। ਹਾਂ, ਇਹਦਾ ਮਤਲਬ ਵੀ ਏਡੇ ਵੱਡੇ ਅਫਸਰ ਦੇ ਨਾਲ ਵੀ ਜਿਹਨੂੰ ਬੜੇ ਵੱਡੇ ਵੱਡੇ ਥਾਪੜੇ ਹੋਣ, ਹਾਂਜੀ ਹਾਂਜੀ, ਉਹਦੇ ਵਿਰੁੱਧ ਵੀ ਅਸੀਂ ਥੋੜੇ ਸੀ ਭਾਵੇਂ, ਅਸੀਂ ਥੋੜੇ ਸੀ ਭਾਵੇਂ, 25 ਸੀ ਅਸੀਂ ਗਿਣਤੀ 'ਚ ਔਰਤਾਂ ਜਿਹੜੀਆਂ ਉੱਥੇ। ਹਾਂ, ਤੇ 25 ਦੇ 25 ਆ ਜਿਹੜੀਆਂ ਤੁਸੀਂ ਕਿੱਥੋਂ ਸੀ? ਆ 25 ਔਰਤਾਂ ਸੀ ਜਿਹੜੀਆਂ ਉੱਥੇ ਅਸੀਂ ਆ ਜਾ ਕੇ ਆਈਆਂ, ਸਿਰਫ 25। ਇਹ ਹੁਣ ਵੀ ਤੁਹਾਡੇ ਸੰਪਰਕ 'ਚ ਨੇ? ਨਹੀਂ ਹੁਣ ਨਹੀਂ, ਕਿਉਂਕਿ ਉਦੋਂ ਫੋਨ ਵਗੈਰਾ ਨਹੀਂ ਸੀ ਹੁੰਦਾ ਤੇ ਬਾਅਦ ਵਿੱਚ ਜਦੋਂ ਗੈਪ ਪੈ ਗਿਆ ਕੋਈ ਕਿਤੇ ਆ ਕੋਈ ਕਿਤੇ ਆ ਕੋਈ ਲੱਭ ਵੀ ਜਾਂਦਾ। ਜਿਹੜੀਆਂ 25 ਸਨ ਇਹ ਕੁਆਰੀਆਂ ਸਨ ਕਿ ਵਿਆਹੀਆਂ ਵੀ ਸਨ? ਕੁਛ ਵਿਆਹੀਆਂ ਵੀ ਸਨ। ਅੱਛਾ, ਪਰ ਥੋੜੀਆਂ ਸੀ ਵਿਆਹੀਆਂ ਹੋਈਆਂ। ਇਹਦਾ ਮਤਲਬ ਕਿ ਉਦੋਂ ਵੀ ਇੰਨੀ ਕੁ ਕ੍ਰਾਂਤੀ ਆ ਗਈ ਸੀ ਵੀ ਜਿਹੜੀਆਂ ਕੁਆਰੀਆਂ ਕੁੜੀਆਂ ਨੇ ਉਹ ਵੀ ਬਾਹਰ ਨਿਕਲ ਕੇ ਸਿਸਟਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗ ਪਈਆਂ। ਅਸੀਂ ਜਦੋਂ ਇਹ ਸ਼ੀਨੀ ਮੈਗਜ਼ੀਨ ਵਿੱਚ ਅਸੀਂ ਜਿਹੜੀਆਂ ਗੱਲਾਂ ਲਿਖੀਆਂ ਸੀ ਨਾ ਉਹਨੇ ਟੁੰਬਿਆ ਸੀ ਕੁੜੀਆਂ ਨੂੰ ਤੇ ਜਿਹੜਾ ਅਸੀਂ ਆ ਪਹਿਲਾਂ ਮਤਲਬ ਸ਼ਕਲਜ਼ ਐਂਡ ਵੂਮਨ ਦੇ ਵਿੱਚ ਗੱਲਾਂ ਸੀ ਯੂਨੀਵਰਸਿਟੀਆਂ ਵਿੱਚ ਲੈ ਕੇ ਗਏ ਸੀ ਉਹਨੇ ਵੀ ਕੁਛ ਕੁੜੀਆਂ ਨੂੰ ਟੁੰਬਿਆ ਸੀ। ਚੰਡੀਗੜ੍ਹ ਤੋਂ ਕੁਛ ਲੋਕ ਸੰਡਾ ਰਲੇ ਸੀ, ਚੰਡੀਗੜ੍ਹ ਤੋਂ ਵੀ ਕੁਛ ਔਰਤਾਂ ਸੰਡਾ ਰਲੀਆਂ ਸੀ ਜੀ। ਤੇ ਜਿਹੜੀ ਰੂਪਨ ਦਿਓਲ ਬਜਾਜ ਦੀ ਤੁਸੀਂ ਗੱਲਬਾਤ ਦੱਸੀ ਹੈ ਕਿ ਇਹਨਾਂ ਨੇ ਸਿਸਟਮ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਦਬਾਉਣ ਦਾ ਯਤਨ ਕੀਤਾ, ਡਰਾਉਣ ਦਾ ਯਤਨ ਕੀਤਾ, ਇਹਨਾਂ ਦੇ ਬੇਟਿਆਂ ਨੂੰ ਵੀ ਉਲਝਾਇਆ ਕਿ ਇਹਨਾਂ ਨੌਕਰੀ ਆਪਣੀ ਪੂਰੀ ਕੀਤੀ ਹੈ? ਪੂਰੀ ਕੀਤੀ। ਅੱਛਾ, ਬਰਖਾਸਤ ਵਗੈਰਾ? ਨਾ ਨਾ ਨਾ, ਠੀਕ ਹੈ, ਪੂਰੀ ਕੀਤੀ ਹੈ, ਰਿਟਾਇਰ ਹੋਏ ਆ। ਅੱਛਾ, ਰਿਟਾਇਰ ਹੋਏ ਆ। ਹਾਂ, ਵੀ ਇਹਨਾਂ ਸਿਸਟਮ ਦੇ ਵਿਰੁੱਧ ਹੋਣ ਦੇ ਹਵਾਵਾਂ ਜਿਹੜੀਆਂ ਨੇ ਉਲਟ ਹੋਣ ਦੇ ਬਾਵਜੂਦ ਵੀ ਆਪ ਨੂੰ ਨਹੀਂ, ਇਹ ਡਟੇ ਰਹੇ, ਡਟੇ ਰਹੇ ਜੀ। ਇਹੀ ਗੱਲ ਸਾਨੂੰ ਵਧੀਆ ਲੱਗੀ ਸੀ ਵੀ ਇਹ ਡਟੇ ਹੋਏ ਆ ਤੇ ਇਸ ਕਰਕੇ ਮਤਲਬ ਜ਼ਰੂਰੀ ਹੈ ਅਤੇ ਇਹ ਇੱਕ ਸਿੰਬੋਲਿਕ ਫਾਈਟ ਸੀਗੀ ਜਿਹੜੀ ਅਸੀਂ ਸਟੇਟ ਦੇ ਖਿਲਾਫ ਜ਼ਰੂਰੀ ਦੇਣੀ ਬਣਦੀ ਸੀ ਕਿਉਂਕਿ ਜੇ ਤੁਸੀਂ ਇੱਕ IAS ਆਫਿਸਰ ਨੂੰ ਪਾਰਟੀ ਦੇ ਵਿੱਚ ਸ਼ਰਿਆਂ ਇੱਕ ਤੁਹਾਡਾ ਆਫਿਸਰ ਸੀਨੀਅਰ ਆਫਿਸਰ ਜਲੀਲ ਕਰ ਸਕਦਾ ਤਾਂ ਅਸੀਂ ਉਹਦੇ ਤੋਂ ਨਿਆਂ ਦੀ ਭਾਲ ਨਹੀਂ ਕਰ ਸਕਦੇ।
ਜੇ ਅਸੀਂ ਇਹਦੇ ਬਾਰੇ ਨਹੀਂ ਬੋਲਦੇ ਤਾਂ ਅਸੀਂ ਸਰਕਾਰ ਨੂੰ ਦੱਸਾਂਗੇ ਕਿਵੇਂ ਕਿ ਸਰਕਾਰ ਇਹ ਤੂੰ ਗਲਤ ਹੈ, ਤੇਰੇ ਆਫੀਸਰ ਆ ਕੁਛ ਕਰੀ ਜਾਂਦੇ, ਸੁੱਤੀ ਪਈ ਹੈ। ਤੇ ਤੁਸੀਂ ਜਦੋਂ ਛਾਪਿਆ, ਇੱਕ ਏਡਾ ਵੱਡਾ ਆਫੀਸਰ ਸੀ ਪੰਜਾਬ ਦਾ, ਜਦੋਂ ਤੁਸੀਂ ਛਾਪਿਆ ਤੇ ਤੁਹਾਨੂੰ ਕਿਸੇ ਦੇ ਉਦੋਂ ਫੋਨ ਹੀ ਹੁੰਦੇ ਸੀ ਮੇਰੇ ਖਿਆਲ? ਫੋਨ ਨਹੀਂ ਸੀ ਹੁੰਦੇ ਉਦੋਂ, ਫੋਨ ਤਾਂ ਨਾ ਨਾ ਕਿੱਥੇ, ਫੋਨ ਤਾਂ ਐਸਟੀਡੀ ਤੇ ਜਾ ਕੇ ਉਹ ਕਰਨਾ ਹੁੰਦਾ ਸੀਗਾ, ਤੇ ਬੜਾ ਮੁਸ਼ਕਿਲ ਤਰੀਕੇ ਨਾਲ ਵੇਟ ਵੂਟ ਕਰਕੇ ਆਉਂਦਾ ਹੁੰਦਾ ਸੀ, ਫੋਨ ਹੈ ਨਹੀਂ ਸੀ ਫੋਨ ਉਦੋਂ। ਤੇ ਤੁਹਾਨੂੰ ਕਿਸੇ ਦੀ ਚਿੱਠੀ ਆਈ? ਚਿੱਠੀ ਮੈਂ ਤੁਹਾਨੂੰ ਦੱਸਿਆ ਨਾ, ਪੁਲਿਸ ਆ ਗਈ ਅੰਦਰ, ਇੰਟੈਲੀਜੈਂਸ ਵਾਲੇ ਆ ਗਏ। ਇਸ ਮੈਟਰ ਤੋਂ ਬਾਅਦ ਚ ਆਈ ਹੈ ਇਹ ਸੀ, ਆ ਵੇਖੋ ਸੱਤ ਅੰਕ ਵਿੱਚ ਛਾਪਿਆ ਇਹ, ਇਸ ਤੋਂ ਪਹਿਲੇ ਅੰਕ ਵਿੱਚ 1988 ਵਾਲੇ ਚ ਜੀ, 1988 ਚ ਪੁਲਿਸ ਮੇਰੇ ਘਰ ਵੜ ਗਈ। ਥੋੜਾ ਜਿਹਾ ਇਸ ਚੀਜ਼ ਨੂੰ ਦੇਖਣਾ ਚਾਹਾਂਗਾ। ਤੇ ਦਰਸ਼ਕੋ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਲੱਗਾ ਕਰਨ, ਇਹ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਇਹ 1988 ਦਾ ਆ, ਤੇ ਇਹਦੀ ਕੀਮਤ ਉਸ ਵੇਲੇ 3 ਰੁਪਈਏ ਹੋਇਆ ਕਰਦੀ ਸੀ, ਅਤੇ ਮੈਂ ਥੋੜ੍ਹਾ ਜਿਹਾ ਚਾਹਾਂਗਾ ਵੀ ਇਹਦੇ ਵਿੱਚ ਜਿਹੜੀ ਚੀਜ਼ ਉਹਨਾਂ ਨੇ ਪੇਸ਼ ਕੀਤੀ ਸੀ ਉਹਨੂੰ ਥੋੜ੍ਹਾ ਜਿਹਾ ਮੈਂ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਨਾਲ ਸਾਂਝਾ ਜਿਹਾ ਲੱਗਾਵਾਂ ਕਰਨ। ਕੋਈ ਵੀ FIR ਸਿਰਫ ਤਾਂ ਸੀਲ ਕੀਤੀ ਜਾਂਦੀ ਹੈ ਜੇ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੋਵੇ। ਇੱਕ ਉੱਚ ਪੁਲਿਸ ਅਫਸਰ ਨੇ ਨਸ਼ੇ ਵਿੱਚ ਧੁੱਤ ਹੋ ਕੇ ਔਰਤ ਦੀ ਇੱਜ਼ਤ ਨੂੰ ਵੰਗਾਰਿਆ, ਥੋੜ੍ਹਾ ਸ਼ਬਦਾਂ ਨੂੰ ਵੀ ਦੇਖਿਆ ਜੇ, ਇਸ ਚੀਜ਼ ਨੂੰ ਬੜੇ ਸੁਖਾਲੇ ਜਿਹੇ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਵੀ ਨਸ਼ੇ ਦੇ ਵਿੱਚ ਇੱਕ ਅਫਸਰ ਨੇ ਕੀਤੀ ਗਲਤ ਹਰਕਤ, ਬਸ ਇਹਨਾਂ ਕੋ, ਪਰ ਇਹਨਾਂ ਨੇ ਸ਼ਬਦਾਂ 'ਤੇ ਰੱਖੀ ਵੀ ਉਹ ਚੀਜ਼ ਨੂੰ ਐਸਾ ਜਾਮਾ ਪਹਿਨਾ ਦਿੱਤਾ ਵੀ ਝੰਜੋੜ ਕੇ ਰੱਖ ਦੇਵੇਗਾ। ਇੱਕ ਵਾਰੀ ਸੁਣਨ ਦਾ ਯਤਨ ਕਰਿਆ ਜੇ, ਇਹਨਾਂ ਨੂੰ ਉਹਦੇ ਵਿੱਚ ਕੀ ਲਿਖਿਆ ਵੀ ਇੱਕ ਉੱਚ ਪੁਲਿਸ ਅਫਸਰ ਨੇ ਨਸ਼ੇ ਵਿੱਚ ਧੁੱਤ ਹੋ ਕੇ ਔਰਤ ਦੀ ਇੱਜ਼ਤ ਨੂੰ ਵੰਗਾਰਿਆ, ਇਸ ਵਿੱਚ ਕਿਹੜੇ ਦੇਸ਼ ਦੀ ਸਿਕਿਉਰਿਟੀ ਖਤਰੇ ਵਿੱਚ ਪੈਂਦੀ ਹੈ ਜੋ FIR ਸੀਲ ਕੀਤੀ, ਧਿਆਨ ਦਿਆ ਜੇ। ਫਿਰ ਅਗਲੀ ਗੱਲ ਕੀ ਹੈ, ਔਰਤਾਂ ਦੇਸ਼ ਦਾ ਅੱਧ ਹਨ, ਜੇ ਅੱਜ ਇਸ ਨੰਗੀ ਚਿੱਟੀ ਬੇਇਨਸਾਫੀ ਨੂੰ ਜਰ ਲਿਆ ਜਾਂਦਾ ਹੈ ਤਾਂ ਅੱਗੋਂ ਸਾਰੀ ਪੁਲਿਸ ਲਈ ਇਹੋ ਜਿਹੀਆਂ ਮੱਲਾਂ ਮਾਰਨ ਦਾ ਰਾਹ ਮੱਲਿਆ ਜਾਂਦਾ ਹੈ। ਇਹਦੇ ਅਰਥ ਸਨ ਕਿ ਜੇ ਅੱਜ ਤੁਸੀਂ ਇਹ ਕਹਿ ਕੇ ਇਸ ਮੈਟਰ ਨੂੰ ਛੱਡ ਦਿੰਦੇ ਹੋ ਕਿ ਨਹੀਂ ਜੀ ਬਹੁਤ ਵੱਡਾ ਉੱਚ ਅਧਿਕਾਰੀ ਹੈ ਅਤੇ ਚਲੋ ਨਸ਼ੇ ਦੇ ਵਿੱਚ ਕੰਮ ਹੋ ਗਿਆ, ਅਤੇ ਉੱਚ ਅਧਿਕਾਰੀ ਦੀ ਜੇ ਗਲਤੀ ਅੱਜ ਪਰਦਾ ਪਾ ਦਿੰਦੇ ਹੋ ਤਾਂ ਜਿਹੜੇ ਅਗਲੇ ਅਧਿਕਾਰੀ ਥਾਣਿਆਂ ਵਿੱਚ ਬੈਠੇ ਨੇ, ਜਿਹੜੇ ਕੁਆਰੀਆਂ ਕੁੜੀਆਂ ਨੂੰ ਪਿੰਡਾਂ ਵਿੱਚੋਂ ਚੁੱਕਦੇ ਨੇ ਅਤੇ ਥਾਣਿਆਂ ਵਿੱਚ ਰੱਖਦੇ ਨੇ, ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਖੁੱਲ੍ਹ ਮਿਲ ਜਾਏਗੀ। ਐਡੀਆਂ ਵੱਡੀਆਂ ਗੱਲਾਂ ਉਸ ਸਮੇਂ ਦੇ ਵਿੱਚ ਲਿਖਣੀਆਂ ਜਦੋਂ ਕਿਸੇ ਵੀ ਤਰੀਕੇ ਮੇਰੇ ਖਿਆਲ ਨਿਆਂ ਪ੍ਰਣਾਲੀ ਦੀ ਗੱਲ 'ਤੇ ਇੱਕ ਮਜ਼ਾਕ ਜਿਹਾ ਗਿਣੀ ਜਾ ਸਕਦੀ ਹੈ, ਉਸ ਸਮੇਂ ਦੇ ਵਿੱਚ ਇਹ ਗੱਲਾਂ ਕੀਤੀਆਂ। ਅਤੇ ਮੈਂ ਅੱਗੋਂ ਵੀ ਤੁਹਾਨੂੰ ਥੋੜ੍ਹਾ ਜਿਹਾ ਹੋਰ ਸੁਣਾਉਣਾ ਚਾਹੁੰਦਾ ਮੈਂ। ਗੁੰਡਾ ਅੰਸਰ ਵੀ ਸਿਰ ਚੁੱਕੇਗਾ, ਵੀ ਇਹਦੇ ਨਾਲ ਇਕੱਲਾ ਇਹ ਨਹੀਂ ਹੈ, ਗੁੰਡੇ ਅੰਸਰ ਵੀ ਸਿਰ ਚੁੱਕਣਗੇ, ਉਹ ਕਹਿਣਗੇ ਲੈ ਜਿੱਥੋਂ ਦਾ ਐਡਾ ਵੱਡਾ ਆਫਿਸਰ ਇਹ ਕੰਮ ਕਰਦਾ ਹੋਵੇ ਅਤੇ ਸਾਨੂੰ ਕੀ ਲੋੜ ਪਈ ਹੈ, ਸਾਨੂੰ ਕੌਣ ਪੁੱਛੇਗਾ। ਅਗਲੀ ਗੱਲ ਇਹਨਾਂ ਨੇ ਕੀ ਲਿਖੀ ਹੈ ਵੀ ਇੱਥੇ ਬਸ ਨਹੀਂ, ਜਿਵੇਂ ਦਿੱਲੀ 'ਚ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਨੇ ਹੀ ਬਿਦਰ ਕਾਂਡ ਨੂੰ ਉਤਸ਼ਾਹਿਤ ਕੀਤਾ, ਇਵੇਂ ਆਉਂਦੇ ਸਮੇਂ ਪੰਜਾਬ ਵਿੱਚ ਇਸ ਦੇਸ਼ ਦੇ ਅੱਧ ਦੀ ਇੱਜ਼ਤ ਮਹਿਫੂਜ਼ ਰਹਿਣੀ ਮੁਸ਼ਕਲ ਹੋ ਜਾਏਗੀ। ਜੇ ਦੇਸ਼ ਦਾ ਅੱਧ ਉਸ ਅਸੁਰੱਖਿਅਤ ਹੈ ਤਾਂ ਉਸ ਦੇਸ਼ ਨੂੰ ਕੋਈ ਬਚਾ ਨਹੀਂ ਸਕਦਾ। ਇਹਨਾਂ ਨੇ ਬੜੇ ਸੁੰਦਰ ਢੰਗ ਦੇ ਵਿੱਚ ਇਹ ਗੱਲਾਂ ਲਿਖੀਆਂ ਸਨ ਕਿ ਬੀਬੀ ਰੂਪਨ ਦਿਓਲ ਬਜਾਜ ਨੂੰ ਜੇ ਅੱਜ ਇਨਸਾਫ ਨਹੀਂ ਮਿਲਦਾ ਤੇ ਕੱਲਾ ਇਹ ਇਨਸਾਨੀਅਤ ਦੇ ਉੱਪਰ ਧੱਬਾ ਹੀ ਨਹੀਂ ਲੱਗੇਗਾ, ਵਰਦੀ 'ਤੇ ਧੱਬਾ ਕੀ ਨਹੀਂ ਲੱਗੇਗਾ, ਕਿਤੇ ਨਾ ਕਿਤੇ ਗੁੰਡਿਆਂ ਨੂੰ ਸ਼ਹਿ ਮਿਲੇਗੀ, ਪੁਲਿਸ ਆਫਿਸਰ ਨੂੰ ਸ਼ਹਿ ਮਿਲੇਗੀ, ਖੇਠਾਂ ਵਰਤ ਰਹੇ ਵਰਤਾਰੇ ਨੂੰ ਸ਼ਹਿ ਮਿਲੇਗੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਤਰੇ ਵਿੱਚ ਪੈ ਜਾਏਗਾ। ਜਦੋਂ ਤੁਸੀਂ ਸਾਰੀਆਂ ਗੱਲਾਂ ਲਿਖੀਆਂ, ਲੋਕਾਂ ਨੇ ਪੜ੍ਹੀਆਂ, ਲੋਕਾਂ ਦੇ ਵਿਊਜ਼ ਤੁਹਾਡੇ ਪ੍ਰਤੀ ਕੀ ਆਏ? ਲੋਕਾਂ ਦੇ ਵਿਊਜ਼ ਬਹੁਤ ਜ਼ਬਰਦਸਤ ਤਰੀਕੇ ਨਾਲ ਆਏ ਅਤੇ ਸਾਨੂੰ ਬੜਾ ਹੀ ਉਤਸ਼ਾਹ ਮਿਲਿਆ ਇਹਦੇ ਵਿੱਚ। ਅਸੀਂ ਜਿਹੜਾ ਆਹ ਲਾਸਟ ਵਾਲਾ ਅੰਕ ਹੈ ਜਿਹਦੇ ਵਿੱਚ ਅਸੀਂ ਇਹ ਰਿਪੋਰਟਸ ਛਾਪੀਆਂ ਸੀਗੀਆਂ, ਪਬਲਿਸ਼ ਕਰਤੀ ਸੀ, ਤਾਂ ਉਹਦੇ ਵਿੱਚ ਅਸੀਂ ਜਿਹੜੀਆਂ ਚਿੱਠੀਆਂ ਸਾਡੇ ਕੋਲ ਆਉਂਦੀਆਂ ਹੁੰਦੀਆਂ ਸੀ, ਅੱਛਾ ਉਦੋਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ, ਹਾਂ, ਅਤੇ ਉਹ ਅਸੀਂ ਛਾਪਦੇ ਹੁੰਦੇ ਸੀ ਪਾਠਕਾਂ ਦੇ ਪੰਨੇ। ਉਹਦੇ ਵਿੱਚ ਸਾਡੇ ਕੋਲ ਇੱਕ ਇਕਬਾਲ ਸਿੰਘ ਚੰਡੀਗੜ੍ਹ ਤੋਂ ਆਈ, ਪੂਰੀ ਚਿੱਠੀ ਦੀ ਬਜਾਏ ਮੈਂ ਅਖੀਰਲਾ ਪੜ੍ਹਦੀ ਹਾਂ, ਥੋੜ੍ਹਾ ਜਿਹਾ ਪੜ੍ਹ ਦਿਓ। ਹਾਂਜੀ, ਆਪ ਦੇ ਵੀਰ ਨੇ ਜਦੋਂ ਆਪ ਜੀ ਵੱਲੋਂ ਜਾਰੀ ਕੀਤਾ ਗਿਆ 31 ਮਾਰ ਪਈ ਕੁਰਲਾਨੇ ਕਿਤਾਬ ਜਾ ਪੜ੍ਹਿਆ ਤਾਂ ਮੇਰੀ ਆਤਮਾ ਆਪ ਜੀ ਦੀ ਪ੍ਰਸ਼ੰਸਾ ਕਰੇ ਬਿਨਾਂ ਨਹੀਂ ਰਹਿ ਸਕੀ ਕਿ ਆਪ ਜੀ ਨੇ ਕਿਵੇਂ ਉਹਨਾਂ ਤਸ਼ੱਦਦ ਸਹਿਰੇ ਪੰਜਾਬੀ ਭੈਣ ਭਰਾਵਾਂ ਦੇ ਦੁੱਖਾਂ 'ਚ ਭਾਈਵਾਲ ਹੁੰਦੇ ਹੋਏ ਉਹਨਾਂ ਦੀ ਅੰਦਰੂਨੀ ਆਵਾਜ਼ ਨੂੰ ਲੋਕਾਂ 'ਤੇ ਹੁਕਮਰਾਨਾਂ ਤੀਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਜਦੋਂ ਆਪ ਜੀ ਨੂੰ ਇਹ ਅੱਛੀ ਤਰ੍ਹਾਂ ਪਤਾ ਹੈ ਕਿ ਇਸ ਤਰ੍ਹਾਂ ਖੁੱਲ੍ਹ ਕੇ ਵਿਰੋਧ ਕਰਨ ਨਾਲ ਸਰਕਾਰ ਕਿਸੇ ਵੀ ਸਮੇਂ ਇਹਨਾਂ ਲਿਖਤਾਂ ਤੋਂ ਘਬਰਾ ਕੇ ਆਪ ਜੀ ਨੂੰ ਵੀ ਗ੍ਰਿਫਤਾਰ ਜਾਂ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਕਰ ਸਕਦੀ ਹੈ, ਇਸ ਦੇ ਬਾਵਜੂਦ ਵੀ ਆਪ ਜਿਸ ਦ੍ਰਿੜਤਾ ਅਤੇ ਨਿਰਦਰਤਾ ਨਾਲ ਇਸ ਸ਼ੀਨੀ ਮੈਗਜ਼ੀਨ 'ਚ ਪੰਜਾਬ ਪੁਲਿਸ ਦੀਆਂ ਕਾਲੀਆਂ ਕਰਤੂਤਾਂ ਦਾ ਵਰਣਨ ਕਰ ਰਹੇ ਹੋ, ਵਾਕਿਆ ਹੀ ਸ਼ਲਾਘਾਯੋਗ ਹੈ ਜੋ ਸਹੀ ਮਾਇਨਿਆਂ ਵਿੱਚ ਤੁਸੀਂ ਮੈਂ ਸ਼ੀਨੀ ਪੰਜ ਦਰਿਆ ਦੀ ਪ੍ਰਤੱਖ ਮਿਸਾਲ ਹੋ ਜੀ। ਇਹੋ ਜਿਹੀਆਂ ਜਿਹੜੀਆਂ ਚਿੱਠੀਆਂ ਸਾਡੇ ਕੋਲ ਆਉਂਦੀਆਂ ਸੀ ਇਹ ਸਾਨੂੰ ਬੜਾ ਉਤਸ਼ਾਹ ਦਿੰਦੀਆਂ ਸੀ, ਉਤਸ਼ਾਹਿਤ ਕਰਦੀਆਂ ਸੀ। ਮੈਂ ਕਹਿੰਦਾ ਵੀ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਜੇ ਸੋਸ਼ਲ ਮੀਡੀਆ ਹੁੰਦਾ
ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਆਪਣੀ ਆਵਾਜ਼ ਨੂੰ ਬਹੁਤ ਦੂਰ ਤੱਕ ਲੈ ਜਾਂਦੇ, ਬਹੁਤ ਦੂਰ ਤੱਕ ਚਲੇ ਜਾਂਦੇ ਸੀ। ਹਾਂ, ਬਹੁਤ ਕਾਨੂੰਨ ਫਿਰ ਵੀ ਬਣ ਗਿਆ 6 ਮਹੀਨਿਆਂ ਬਾਅਦ, ਪਰ ਇਹ ਜਿੰਨੀ ਗੱਲ ਉੱਭਰਨੀ ਚਾਹੀਦੀ ਸੀ ਉਦੋਂ ਉਨੀ ਨਹੀਂ ਉੱਭਰ ਸਕੀ, ਕਿਉਂਕਿ ਅਸੀਂ ਵੀ ਇੱਕ ਬਹੁਤ ਛੋਟੇ ਸ਼ਹਿਰ 'ਚ ਬੈਠੇ ਸੀ। ਅਸੀਂ ਵਾਰ ਵਾਰ ਉੱਥੋਂ ਆ ਕੇ ਪ੍ਰੈਸ ਕਾਨਫਰੰਸਾਂ ਨਹੀਂ ਸੀ ਕਰ ਸਕਦੇ, ਬੱਚਾ ਵੀ ਛੋਟਾ ਸੀ, ਨੌਕਰੀ ਵੀ ਸੀ, ਘਰ ਦੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ। ਹਾਂ, ਜ਼ਿੰਮੇਵਾਰੀਆਂ ਵੀ ਹੁੰਦੀਆਂ, ਬੱਚਾ ਬਹੁਤ ਛੋਟਾ ਸੀ ਉਦੋਂ। ਮੈਂ ਤੁਹਾਨੂੰ ਦੱਸਿਆ ਵੀ 8 ਮਹੀਨੇ ਦਾ ਸੀ ਜਦੋਂ ਅਸੀਂ ਗਈਆਂ ਉੱਥੇ ਜੀ, ਉਦੋਂ ਵੀ ਬੜਾ ਖਤਰਾ ਸੀ, ਜੇ ਉੱਥੇ ਗੋਲੀ ਵੱਜ ਜਾਂਦੀ ਤਾਂ ਉਹ ਨਾਥ ਹੋ ਜਾਂਦਾ। ਹਾਂ, ਬਹੁਤ ਔਖਾ ਹੋ ਜਾਂਦਾ ਸੀ। ਹਾਂ, ਤੇ ਚਲੋ ਖੈਰ, ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਮਿਲ ਕੇ। ਅਸੀਂ ਤੁਹਾਡੇ ਨਾਲ ਕਾਫੀ ਸਮਾਂ ਗੁਜ਼ਾਰਿਆ, ਸਾਨੂੰ ਮਾਣ ਮਹਿਸੂਸ ਹੋਇਆ ਕਿ ਉਸ ਸਮੇਂ ਤੁਸੀਂ ਪਿੰਡ ਪਿੰਡ ਵਿੱਚ ਜਾ ਕੇ ਹਾਲਾਤਾਂ ਤੋਂ ਲੋਕਾਂ ਨੂੰ ਵਾਕਿਫ ਕੀਤਾ, ਲੋਕਾਂ ਦੇ ਦਰਦ ਦੇ ਵਿੱਚ ਸ਼ਰੀਕ ਹੋਏ, ਸ਼ਰੀਕ ਹੋਣ ਤੋਂ ਬਾਅਦ ਇਸ ਨੂੰ ਇੱਕ ਐਕਟ ਦੇ ਰੂਪ ਦੇ ਵਿੱਚ ਲਿਆਉਣ ਦਾ ਪ੍ਰਯਾਸ ਕੀਤਾ। ਸੋ ਦਰਸ਼ਕੋ, ਗੱਲ ਬੜੀ ਸਮਝਣ ਵਾਲੀ ਹੈ, ਪਿੰਡਾਂ ਦੀਆਂ ਆਮ ਜੀਆਂ ਬੱਚੀਆਂ ਤੋਂ ਲੈ ਕੇ ਐਡੀ ਵੱਡੀ ਆਫਿਸਰ ਬੀਬੀ, ਕਹਿਣ ਤੋਂ ਮੇਰੇ ਇੱਕ ਭਾਵ ਹੈ, ਕਈ ਵਾਰੀ ਐਸਾ ਹੋ ਜਾਂਦਾ ਮੀਡੀਆ ਵੀ ਵਿਤਕਰਾ ਕਰ ਜਾਂਦਾ, ਮੈਨੂੰ ਮਾਫ਼ ਕਰ ਦਿਆ, ਜੇ ਮੈਂ ਮੀਡੀਆ 'ਤੇ ਬੈਠਾ ਹੋਇਆ, ਇਹ ਚੇਅਰ 'ਤੇ ਬੈਠਾ ਹੋਇਆ ਇੱਕ ਗੱਲ ਆਖਣ ਲੱਗਾ ਵਾਂ, ਭਾਵੇਂ ਸ਼ਾਇਦ ਕਿਤੇ ਸਿਸਟਮ ਨੂੰ ਜਾਂ ਸਾਡੇ ਪ੍ਰਬੰਧਕੀ ਢਾਂਚੇ ਨੂੰ ਨਾ ਵੀ ਠੀਕ ਲੱਗੇ, ਪਰ ਮੈਂ ਇਸ ਗੱਲ ਦਾ ਫਖਰ ਵੀ ਮਹਿਸੂਸ ਕਰਦਾ ਵਾਂ, ਮਾਣ ਮਹਿਸੂਸ ਕਰਦਾ ਵਾਂ ਕਿ ਅਸੀਂ ਅਕਾਲ ਚੈਨਲ ਦੀ ਚੇਅਰ ਦੇ ਉੱਪਰ ਬੈਠ ਕੇ ਬਹੁਤ ਸੱਚ ਵਿਖਾਉਣ ਦਾ ਯਤਨ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਵਿਦਆਊਟ ਐਡੀਟਿੰਗ ਹਰ ਚੀਜ਼ ਜਿਹੜੀ ਹੈ ਦੁਨੀਆ ਨੂੰ ਦਿਖਾਈ ਜਾਵੇ। ਇਸ ਗੱਲ ਦਾ ਮੈਨੂੰ ਫਖਰ ਹੈ, ਮਾਣ ਮਹਿਸੂਸ ਹੁੰਦਾ ਹੈ ਕਿ ਜੇ ਮੇਰੇ ਕੋਲ ਇੱਕ ਪਲੇਟਫਾਰਮ ਹੈ ਤਾਂ ਮੈਂ ਉੱਥੋਂ ਸੱਚ ਬਿਆਨ ਕਰਦਾ ਵਾਂ। ਪਰ ਮੈਨੂੰ ਇੱਕ ਰੰਜ ਵੀ ਆ ਜਾਂਦਾ ਕਈ ਵਾਰੀ, ਜੋ ਅਜੋਕੇ ਸਮੇਂ ਵਿੱਚ ਮੀਡੀਆ ਦਾ ਰੋਲ ਦੇਖਦਾ ਵਾਂ, ਅਤੇ ਕਈ ਵਾਰੀ ਬੜਾ ਦੁੱਖ ਲੱਗਦਾ ਕਿ ਸਭ ਤੋਂ ਘਟੀਆ ਅਤੇ ਗੰਦਾ ਰੋਲ ਮੀਡੀਆ ਹੀ ਅਦਾ ਕਰਦਾ ਪਿਆ। ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਕਿੰਨੇ ਕਿੰਨੇ ਘੰਟੇ ਲੋਕਾਂ ਦਾ ਸਮਾਂ ਬਰਬਾਦ ਕਰਦਾ ਪਿਆ। ਮੁੱਦੇ ਦੀ ਗੱਲ ਹੋਵੇ, ਮੁੱਦੇ ਦੀ ਗੱਲ ਕਹਿ ਕੇ ਪ੍ਰੋਗਰਾਮ ਸਮਾਪਤ ਕਰ ਦਿੱਤਾ ਜਾਵੇ। ਭੈਣ ਜੀ ਦੀ ਪੱਤਰਕਾਰੀ ਦੀ ਤਾਰੀਫ ਤਾਂ ਕਰਨੀ ਬਣਦੀ ਹੈ ਕਿਉਂਕਿ ਇਹਨਾਂ ਨੇ ਆਮ ਪੇਂਡੂ ਬੱਚੀਆਂ ਦੀ ਆਵਾਜ਼ 'ਤੇ ਚੁੱਕੀ ਚੁੱਕੀ ਐਡੇ ਵੱਡੇ ਕੇਸ ਨੂੰ ਵੀ ਹੱਥ ਪਾ ਲਿਆ। ਬੀਬੀ ਰੂਪਨ ਦਿਓਲ ਬਜਾਜ, ਜਾਂ ਕਈ ਵਾਰੀ ਐਸਾ ਹੁੰਦਾ ਵੀ ਬੀਬੀ ਰੂਪਨ ਦਿਓਲ ਬਜਾਜ ਬਹੁਤ ਵੱਡੇ ਅਹੁਦੇ ਦੇ ਉੱਪਰ ਹੈ, ਉਹਨਾਂ ਦੀ ਆਵਾਜ਼ 'ਤੇ ਲੈ ਲੈਣਾ, ਪਰ ਆਮ ਪਿੰਡਾਂ ਦੀਆਂ ਬੱਚੀਆਂ ਕੁਆਰੀਆਂ ਨੂੰ ਜਿਹੜਾ ਠਾਣੇ ਰੱਖਿਆ ਜਾਂਦਾ ਸੀ ਉਸ ਆਵਾਜ਼ ਨੂੰ ਨਾ ਚੁੱਕਣਾ, ਉਹ ਵੀ ਕਿਤੇ ਨਾ ਕਿਤੇ ਧੋਖਾ ਹੋ ਜਾਂਦਾ। ਪਰ ਭੈਣ ਜੀ ਨੇ ਛੋਟੇ ਕੇਸ ਤੋਂ ਲੈ ਕੇ ਵੱਡੇ ਕੇਸ ਤੱਕ ਸਾਰਿਆਂ ਦੇ ਦਰਦ ਦੇ ਵਿੱਚ ਸ਼ਰੀਕ ਹੋਏ। ਅਕਾਲ ਚੈਨਲ ਦੀ ਸਮੁੱਚੀ ਟੀਮ ਵੱਲੋਂ ਭੈਣ ਜੀ ਨੂੰ ਜਿੱਥੇ ਜਿਉਂਆਂ ਆਖਿਆ ਜਾਂਦਾ, ਉੱਥੇ ਆਪਣੇ ਪ੍ਰੋਗਰਾਮਾਂ ਤੋਂ ਬਾਅਦ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਭੈਣ ਜੀ ਕੀਤਾ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਜੀ ਅਕਾਲ ਚੈਨਲ ਦਾ ਵੀ, ਜਿਹੜਾ ਤੁਸੀਂ ਸਾਡੀ ਇਹ ਜਿਹੜੀ ਮਿਹਨਤ ਬੱਚੀਆਂ ਦੇ ਵਾਸਤੇ ਅਸੀਂ ਉਦੋਂ ਕੀਤੀ ਸੀ, 25 ਲੜਕੀਆਂ ਦੀ ਟੀਮ ਨੇ, ਤਾਂ ਇਹਨੂੰ ਤੁਸੀਂ ਅੱਜ ਦੁਨੀਆ ਦੇ ਸਾਹਮਣੇ ਲਿਆਂਦਾ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਹੈ ਜੀ। ਸੋ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।